ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਡਕਸ ਪੰਜਾਬ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਜਿਨ੍ਹਾਂ ਆਖਦੇ ਆਂ ਖਾਸ ਪ੍ਰੋਗਰਾਮ ਲੈ ਕੇ ਆਉਂਦੇ ਆ ਤੁਹਾਡੇ ਲਈ ਗੱਲਬਾਤ ਹੁੰਦੀ ਹੈ ਜੀ ਪੰਜਾਬ ਦੇ ਮਸਲਿਆਂ ਦੇ ਉੱਤੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਖੁੱਲ ਕੇ ਸਮਝਦੇ ਆਂ ਵੋਟਾਂ ਦਾ ਦੌਰ ਆ ਚੁੱਕਾ ਹੈ ਕੀ ਕਰਨ ਪੰਜਾਬੀ ਕਿਹੜੀ ਪਾਰਟੀ ਨੂੰ ਚੁਣਨ ਕਿੰ ਨੂੰ ਵੋਟਾਂ ਪਾਉਣ ਸਮਝਣਾ ਹੈ ਇਸ ਸਾਰੇ ਸਿਸਟਮ ਨੂੰ ਕਿ ਚੱਲ ਕੀ ਰਿਹਾ ਹੈ ਡਾਕਟਰ ਪੀ ਇੰਦਰਾ ਮੋਹਨ ਬੇਦ ਕਰਦੀਆਂ ਗੱਲਾਂ ਦਾ ਜ਼ਿਕਰ ਕਰਾਂਗੇ 1947 ਤੋਂ ਪਹਿਲਾਂ ਕੀ ਸਿਸਟਮ ਸੀ ਵੋਟਾਂ ਦਾ ਤੇ ਅੱਜ ਕੀ ਸਿਸਟਮ ਹੈ ਜੇ ਗੋਰੇ ਮਾੜੇ ਸੀ ਤੇ ਆਪਾਂ ਸਾਰੇ ਗੋਰਿਆਂ ਦੇ ਮੁਲਕਾਂ ਦੇ ਵਿੱਚ ਰਹਿੰਦੇ ਆ ਜੇ ਬ੍ਰਿਟਿਸ਼ ਰਾਜ ਮਾੜਾ ਸੀ ਤੇ ਅੱਜ ਆਪਾਂ ਯੂਕੇ ਦੇ ਵਿੱਚੋਂ ਲਾਈਵ ਕਰਦੇ ਪਏ ਆ ਪੋਲਿਟਿਕਸ ਪੰਜਾਬ ਯੂਕੇ ਦੀ ਧਰਤੀ ਤੇ ਚੱਲਾ ਤੇ ਲੱਖਾਂ ਸਿੱਖ ਯੂਕੇ ਦੇ ਵਿੱਚ ਵਸਣ ਡਿਆ ਲੱਖਾਂ ਸਿੱਖ ਫੌਜੀਆ ਨੇ ਯੂਕੇ ਦੇ ਰਾਜ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਅੱਜ ਆਪਾਂ ਨੰਬਰਾਂ ਕਾਂਜੀ ਬਸ ਰਹੇ ਆਂ ਵੱਡੇ ਚਾਰ ਮੂਲਕ ਯੂਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅੱਜ ਵੀ ਉਸੇ ਰਾਜ ਦੀਆਂ ਹੀ ਬ੍ਰਾਂਚਾਂ ਨੇ ਤੇ ਉਸੇ ਰਾਜ ਦੀ ਕਮਾਂਡ ਦੇ ਥੱਲੇ ਚੱਲਦੇ ਨੇ ਤੇ ਜੇ 47 ਤੋਂ ਪਹਿਲਾਂ ਮਾੜਾ ਸੀ ਤੇ ਫਿਰ ਅੱਜ ਕੀ ਬਦਲਾਅ ਹੋਇਆ ਉਹਦੇ ਵਿੱਚ ਸਾਰੀਆਂ ਗੱਲਾਂ ਨੂੰ ਬੜੀ ਬਰੀਕੀ ਦੇ ਨਾਲ ਆਪਾਂ ਸਮਝਣਾ ਹੈ ਸਿੱਖਾਂ ਦਾ ਕੇਸ ਖਾਸ ਤੌਰ ਤੇ ਸਮਝਣਾ ਹੈ ਕਿਉਂਕਿ ਸਿੱਖਾਂ ਦਾ ਰਾਜ ਜਦੋਂ ਆਪਾਂ ਧੋਖੇ ਦੀ ਗੱਲ ਕਰਦੇ ਆਂ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਦੇ ਕੋਲੋਂ ਖੋਇਆ ਗਿਆ ਸੀ ਧੋਖੇ ਦੇ ਨਾਲ ਖੋਇਆ ਗਿਆ ਸੀ ਆਪਾਂ ਕਹਿੰਦੇ ਆ ਕਿ ਗੋਰਿਆਂ ਨੇ ਸਾਡੇ ਨਾਲ ਧੋਖਾ ਕੀਤਾ ਇਹ ਰਾਜ ਵਾਪਸ ਸਾਨੂੰ ਦੇਣਾ ਚਾਹੀਦਾ ਸੀ ਇਸ ਗੱਲ ਨੂੰ ਆਪਾਂ ਅੰਡਰਸਟੈਂਡ ਕਰਨਾ ਹੈ ਕਿ ਰਾਜ ਬਿਲਕੁਲ ਖੋਹੇ ਜਾਂਦੇ ਨੇ ਦੱਬੇ ਜਾਂਦੇ ਨੇ ਪਰ 1947 ਜਦੋਂ ਡੀ ਕਲੋਨਾਈਜ਼ ਕੀਤਾ ਗਿਆ ਦੁਨੀਆ ਨੂੰ ਯੂਕੇ ਨੇ ਮੰਨਿਆ ਕਿ ਉਹਨੇ ਜਿੰਨੇ ਮੁਲਕਾਂ ਦੇ ਉੱਤੇ ਰਾਜ ਕੀਤਾ ਹੈ ਉਹਨਾਂ ਨੂੰ ਛੱਡ ਦੇਣਾ ਹੈ ਤੇ ਬਹੁਤੇ ਮੁਲਕਾਂ ਨੂੰ ਰਾਜ ਵਾਪਸ ਉਹਨਾਂ ਦੇ ਮਾਲਕਾਂ ਦੇ ਹੱਥਾਂ ਦੇ ਵਿੱਚ ਦਿੱਤਾ ਗਿਆ ਪਰ ਸਿੱਖਾਂ ਦੀ ਬਾਬਤ ਇਹ ਨਹੀਂ ਹੋਇਆ ਡੈਮੋਕ੍ਰੇਸੀ ਦੇ ਲਬਾਦੇ ਦੇ ਥੱਲੇ ਸਿੱਖਾਂ ਨੂੰ ਬਗਲ ਲਿਆ ਗਿਆ ਉਸ ਅਜਗਰ ਦੀ ਉਸ ਚਪੇਟ ਦੇ ਵਿੱਚ ਲਿਆ ਦਿੱਤਾ ਗਿਆ ਜਿਹਦੇ ਵਿੱਚ ਸਿੱਖਾਂ ਦਾ ਦਮ ਲਗਾਤਾਰ ਹੌਲੀ 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 ਕੁੱਟਿਆ ਜਾਂਦਾ ਹੈ ਪਹਿਲਾ ਪੰਜਾਬ ਦੇ ਟੋਟੇ ਕੀਤੇ ਗਏ ਪੰਜਾਬ ਦੀ ਇਕਨੋਮੀ ਨੂੰ ਤੋੜ ਦਿੱਤਾ ਗਿਆ ਤੇ ਫਿਰ ਧਾਰਮਿਕ ਤੌਰ ਤੇ ਪੰਜਾਬ ਨੂੰ ਖਤਮ ਕਰ ਦਿੱਤਾ ਗਿਆ ਅੱਜ ਜਿਹੜੀ ਸਿਚੁਏਸ਼ਨ ਸਾਡੀ ਬਣੀ ਹੋਈ ਹੈ ਸਾਡੀਆਂ ਸੰਸਥਾਵਾਂਾਂ ਦੀ ਬਣੀ ਹੋਈ ਹੈ ਉਹਦਾ ਕਾਰਨ ਹੀ ਗੁਲਾਮੀ ਹੈ ਚਾਹੇ ਉਹ ਬ੍ਰਿਟਿਸ਼ ਰਾਜ ਦੇ ਵਿੱਚ ਚੱਲੀ ਸੀ ਤੇ ਚਾਹੇ ਉਹ ਬਾਹਰ ਦੇ ਬਾਅਦ ਦੇ ਰਾਜ ਦੇ ਵਿੱਚ ਆਈ ਲਬਾਦਾ ਕੀ ਪਹਿਨੇ ਹੋਇਆ ਡੈਮੋਕ੍ਰੇਸੀ ਦਾ ਸਵਾਗਤ ਹੈ ਬਹੁਤ ਸਾਰੇ ਵਿਸ਼ੇ ਆ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਆ ਕੇਜਰੀਵਾਲ ਦਿੱਲੀ ਦੇ ਲਾਲੇ ਦੇ ਉੱਤੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਭਗਵੰਤ ਮਾਨ ਦੇ ਉੱਤੇ ਗੱਲਬਾਤ ਕਰਾਂਗੇ ਉਸ ਕਮੇਡੀਅਨ ਪੰਜਾਬੀ ਮੁੱਖ ਮੰਤਰੀ ਦੇ ਉੱਤੇ ਗੱਲਬਾਤ ਕਰਾਂਗੇ ਕੀ ਕਹਿ ਕਰਨੀ ਤੇ ਕਹਿਣੀ ਦੇ ਕਿੱਥੇ ਖੜੇ ਨੇ ਗੱਲਾਂ ਕਰਨੀਆਂ ਭਗਤ ਸਿੰਘ ਦੀਆਂ ਗੱਲਾਂ ਕਰਨੀਆਂ ਸ਼ਹੀਦ 에 आजम ਭਗਤ ਸਿੰਘ ਵਰਗੀਆਂ ਤੇ ਕਰਨੀ ਕਿੱਥੇ ਖੜੀ ਹੋਈ ਹੈ ਭਗਤ ਸਿੰਘ ਨੂੰ ਮੰਨਣ ਵਾਲੇ ਨੌਜਵਾਨਾਂ ਦੇ ਡਾਂਗਾ ਖਰਨੀਆ ਭਗਤ ਸਿੰਘ ਰੈਵਲੂਸ਼ਨਰੀ ਸੀ ਉਹ ਕਹਿੰਦਾ ਸੀ ਮੈਂ ਹਥਿਆਰਾਂ ਦੇ ਨਾਲ ਆਜ਼ਾਦੀ ਲਵਾਂਗਾ ਹਥਿਆਰਾਂ ਦੇ ਨਾਲ ਮੈਂ ਗੋਰਿਆਂ ਨੂੰ ਇੱਥੋਂ ਕੱਢਾਂਗਾ ਉਹ ਹਥਿਆਰਬੰਦ ਸੰਘਰਸ਼ ਕਰਕੇ ਤਖਤਾ ਪਲਟਣ 'ਚ ਵਿਸ਼ਵਾਸ ਰੱਖਦਾ ਸੀ ਤੇ ਜੇ ਅੱਜ ਭਗਵੰਤ ਮਾਨ ਕਹਿੰਦਾ ਕਿ ਮੈਂ ਸ਼ਹੀਦ ਦੇ ਆਜ਼ਮ ਦੇ ਚੱਲ ਆਏ ਹੋਏ ਪੂਰਨਿਆਂ ਦੇ ਉੱਤੇ ਚੱਲਦਾ ਪਿਆ ਹਾਂ ਇਹ ਦਾਵਾ ਕਰਦਾ ਪਿਆ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਭਗਤ ਸਿੰਘ ਦੇ ਰਾਹਾਂ ਦੇ ਉੱਤੇ ਚੱਲਦਾ ਪਿਆ ਇੱਕ ਬੰਨੀ ਉਹ ਕਹਿੰਦਾ ਜੀ ਅਸੀਂ ਗੁਲਾਮ ਆ ਇਹ ਸਾਡੀ ਆਜ਼ਾਦੀ ਦੇ ਉੱਤੇ ਢਾਕਾ ਹੈ ਸਾਡੇ ਲੋਕਤੰਤਰ ਦੇ ਉੱਤੇ ਢਾਕਾ ਹੈ ਤੇ ਫਿਰ ਮੂੰਹ 'ਚ ਘੁੰਗੜੀਆਂ ਕਿਉਂ ਪਾਈਆਂ ਹੋਈਆਂ ਨੇ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਡਿਬੜੂਗੜ੍ਹ ਜੇਲ੍ਹ ਭੇਜਣਾ ਹੁੰਦਾ ਹੈ ਖੁੱਲ ਕੇ ਆਪਾਂ ਵਿਚਾਰ ਕਰਾਂਗੇ ਆ ਇੱਕ ਪੋਖੜਤਾਲ ਇੱਕ ਵਰਤ ਇੱਕ ਦਿਨ ਦਾ ਰੱਖਿਆ ਗਿਆ ਸਮੂਹਿਕ ਵਰਤ ਇਹਨੂੰ ਕਹਿੰਦੇ ਨੇ ਸਮੂਹਿਕ ਵਿਆਹ ਸੁਣੇ ਹੋਣੇ ਜਾਂ ਤੁਸੀਂ ਸਮੂਹਿਕ ਵਰਤ ਵੀ ਰੱਖਿਆ ਗਿਆ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇੰਗਲੈਂਡ ਨਿਊਯਾਰਕ ਬੋਸਟਨ ਵੈਨਕੂਵਰ ਟ੍ਰਾਂਟੋ ਇਹ ਨਾਵਾਂ ਦਾ ਜ਼ਿਕਰ ਆਇਆ ਤੇ ਆਪਾਂ ਉਹ ਬੰਦੇ ਵੀ ਲੱਭਣੇ ਆ ਜਿਹੜੇ ਇਸ ਨਾਮ ਦੇ ਨਾਲ ਜੁੜੇ ਹੋਏ ਨੇ ਰੈਲੀਆਂ ਦੀ ਵੀ ਆਪਾਂ ਗੱਲਬਾਤ ਕਰਾਂਗੇ ਅ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਵੀ ਚਰਚਾ ਕਰਦੇ ਹਾਂ ਘਰ ਘਰ ਮੇ ਕੁਸਕੇ ਮਾਰਾਂਗੇ ਜੇ ਭਾਰਤੀ ਫੌਜ ਦਾ ਬਣਾਇਆ ਗਿਆ ਮਨਿਸਟਰ ਮਨਿਸਟਰ ਆਫ ਡਿਫੈਂਸ ਰਾਜਨਾਥ ਕਹਿੰਦਾ ਘਰ ਮੇ ਕੁਸਕੇ ਮਾਰਾਂਗੇ ਤੇ ਜੇ ਐਡਾ ਹੀ ਧਾਮ ਰੱਖਦੇ ਨੇ ਘਰ ਕੇ ਘਰ ਮੇ ਕੁਸਕੇ ਮਾਰਨੇ ਵਾਲੇ ਤੇ ਫਿਰ ਮੰਨਣ ਵੀ ਹਰਦੀਪ ਸਿੰਘ ਨੇਜਰ ਦਾ ਕਤਲ ਕੀਤਾ ਘਰ ਮੇ ਕੁਸਕੇ ਮਾਰਾਂਗੇ ਟੈਰਰਿਸਟ ਐਲਾਨਿਆ ਹੋਇਆ ਹਰਦੀਪ ਸਿੰਘ ਨੇਜਰ ਨੂੰ ਅੱਤਵਾਦੀ ਐਲਾਨਿਆ ਹੋਇਆ ਤੇ ਰਾਜਨਾਥ ਸਿੰਘ ਦਾ ਇਹ ਦਾਵਾ ਕਿ ਜੇ ਕੋਈ ਅਤਵਾਦੀ ਹੈ ਅਸੀਂ ਉਸਕੇ ਘਰ ਮੇਂ ਕੁਸਕੇ ਮਾਰਾਂਗੇ ਤੇ ਫਿਰ ਮੁਕਰਦੇ ਕਿਉਂ ਕਹੋ ਕੈਨੇਡਾ ਦੀ ਸਰਕਾਰ ਸੱਚ ਬੋਲਦੀ ਹੈ ਅਮਰੀਕਾ ਦੀ ਸਰਕਾਰ ਨੇ ਤਾਂ ਫੜ ਲਏ ਰੰਗੇ ਹੱਥੀ ਫੜੇਗੇ ਉੱਥੇ ਕਹੋ ਅਮਰੀਕਾ ਨੂੰ ਕਿ ਵਾਈਟ ਹਾਊਸ ਵਾਲਿਓ ਅਸੀਂ ਤੁਹਾਡੇ ਘਰ ਮੇਂ ਕੁਸਕੇ ਮਾਰਾਂਗੇ ਉੱਥੇ ਕਹਿੰਦੇ ਜੀ ਨਹੀਂ ਨਹੀਂ ਇਹ ਤਾਂ ਸਾਡੀ ਪਾਲਿਸੀ ਕੋਈ ਨਹੀਂ ਹੈ ਪਾਕਿਸਤਾਨ ਵਾਲੇ ਮਾਤੜ ਬੰਦੇ ਨੇ ਖੈਰ ਇਹ ਜੋ ਪਾਪ ਪਾਕਿਸਤਾਨ ਵਾਲਿਆਂ ਨੇ ਸਿੱਖਾਂ ਦੇ ਨਾਲ ਕਮਾਇਆ ਹੈ ਜੋ ਧਰੋ ਸਿੱਖਾਂ ਦੇ ਨਾਲ ਕਮਾਇਆ ਹੈ ਇਹ ਉਹਦੀ 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 ਕਰਨੀ ਦਾ ਫਾਲੀ ਉਹ ਪਾ ਰਹੇ ਨੇ ਅੱਜ ਜਿਹੜੇ ਉਹਨਾਂ ਦੇ ਹਾਲਾਤ ਨੇ ਇੱਕ ਅਮਰੀਕੀ ਡਾਲਰ ਦੇ 2.5 250 ਰੁਪਏ ਬਣਨੇ ਪਾਕਿਸਤਾਨ ਦੇ ਭੁੱਖਮਰੀ ਦੀ ਹਾਲਾਤ ਦੇ ਵਿੱਚ ਜਾਣਾ ਜਿਹੜਾ ਧੋਖਾ ਉਹਨਾਂ ਨੇ ਸਿੱਖਾਂ ਦੇ ਨਾਲ ਕਮਾਇਆ ਹੈ ਦਰਬਾਰ ਸਾਹਿਬ ਤੇ ਹਮਲੇ ਦੇ ਸਮੇਂ ਕਮਾਇਆ ਹੈ ਛੁੱਟੀਆਂ ਦੇ ਉੱਤੇ ਚੱਲ ਗਏ ਇਹ ਉਹਦੀ ਕਰਨੀ ਦਾ ਫਾਲੀ ਉਹਨਾਂ ਨੂੰ ਮਿਲਦਾ ਪਿਆ ਕਿਉਂਕਿ ਉਹ ਵੀ ਆਪਣੀ ਮਿੱਟੀ ਦੇ ਸਕੇ ਨਹੀਂ ਬਣ ਸਕੇ ਪੰਜਾਬ ਦੇ ਸਕੇ ਨਹੀਂ ਬਣਗੇ ਪੰਜਾਬੀ ਬੋਲੀ ਦੇ ਸਕੇ ਨਹੀਂ ਬਣ ਸਕੇ ਖੈਰ ਇਸ ਵਿਸ਼ੇ ਦੇ ਉੱਤੇ ਫਿਰ ਕਿਸ ਦਿਨ ਗੱਲਬਾਤ ਕਰਾਂਗੇ ਕਰਮੀ ਕੁਸਕੇ ਮਾਰਨ ਵਾਲਿਆਂ ਦਾ ਜਿਹੜਾ ਮੁਖੀ ਹੈ ਐਨਐਸਏ ਡੋਵਲ ਤਾਸ਼ਕੰਦ ਦੇ ਵਿੱਚ ਮੁਲਾਕਾਤਾ ਕਰਦਾ ਪਿਆ ਇਰਾਨੀਆਂ ਦੇ ਨਾਲ ਉਸ ਉੱਤੇ ਆਪਾਂ ਚਰਚਾ ਕਰਾਂਗੇ ਇਰਾਨ ਤੇ ਅਮਰੀਕਾ ਦਾ ਕਹਿੰਦੇ ਵੀ ਇੱਟ ਕੁੱਤੇ ਦਾ ਬੈਰ ਚੱਲਦਾ ਪਿਆ ਤੇ ਇਰਾਨੀਆਂ ਦੇ ਨਾਲ ਮੀਟਿੰਗਾਂ ਕਰਦਾ ਪਿਆ ਭਾਰਤ ਇੱਕ ਬੰਨੇ ਕਹਿੰਦਾ ਜੀ ਸਾਡੇ ਰਿਸ਼ਤੇ ਬੜੇ ਚੰਗੇ ਨੇ ਅਮਰੀਕਾ ਦੇ ਨਾਲ ਅੱਜ ਕੱਲ بڑا ਚਰਚਾ ਬਣਿਆ ਹੋਇਆ ਹੈ ਵੀ ਖਾਲਸਾਤਨ ਨੂੰ ਸਪੋਰਟ ਕਿਉਂ ਕਰਨਗੇ ਪਰ ਅਮਰੀਕਨਸ ਨੇ ਖੁੱਲ ਕੇ ਕਿਹਾ ਕਿ ਅਸੀਂ ਸਪੋਰਟ ਵੀ ਕਰਾਂਗੇ ਡੈਮੋਕ੍ਰੈਟਿਕ ਸਾਡਾ ਮੁਲਕ ਆਜ਼ਾਦੀ ਦੀ ਬੋਲਣ ਦੀ ਆਜ਼ਾਦੀ ਦੀ ਹਾਂ ਲਾਈਨ ਕ੍ਰੋਸ ਕੀਤੀ ਹੋਵੇ ਤੁਹਾਡੇ ਵਾਂਗੂ ਜਦੋਂ ਤੁਸੀਂ ਲਾਈਨ ਕ੍ਰੋਸ ਕਰਕੇ ਬੰਦੇ ਮਾਰਨ ਦੀ ਵਾਇਲੈਂਸ ਕਰਨ ਦੀ ਕੋਸ਼ਿਸ਼ ਕਰੋਗੇ ਤੇ ਬਿਲਕੁਲ ਫਿਰ ਸਾਡਾ ਕਾਨੂੰਨ ਤੁਸੀਂ ਕਿਤੇ ਵੀ ਬੈਠੇ ਹੋ ਮੋ ਇੰਡੀਆ ਚ ਬੈਠੇ ਹੋ ਮੋ ਉਸ ਸਾਰੀਆਂ ਗੱਲਾਂ ਦਾ ਆਪਾਂ ਜ਼ਿਕਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਬਹੁਤ ਸਾਰੇ ਤੱਥ ਜਿਹੜੇ ਤੁਹਾਨੂੰ ਇਹਨਾਂ ਗੱਲਾਂ ਚ ਸਮਝਾਉਣ ਵਾਲੇ ਨੇ ਲਾਅ ਐਂਡ ਆਰਡਰ ਦੀ ਆਪਾਂ ਗੱਲਬਾਤ ਕਰਨੀ ਹੈ ਸੁਮੇਧ ਸੈਣੀ ਦਾ ਇੱਕ ਕੇਸ ਹੈ ਪੰਜਾਬ ਦੇ ਵਿੱਚ ਹਿੰਦੂ ਖਤਰੇ ਦੇ ਵਿੱਚ ਹੈ ਇਹ ਸ਼ਬਦ ਆਪਾਂ ਅਕਸਰ ਹੀ ਸੁਣਦੇ ਹਾਂ ਖਾਲਿਸਤਾਨ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਹਿੰਦੂਆਂ ਦੀ ਜਾਨ ਖਤਰੇ 'ਚ ਹੈ ਪਰ ਸੁਮੇਧ ਸੈਣੀ ਦਾ ਭਾਰਤੀ ਪੁਲਿਸ ਦਾ ਭਾਰਤੀ ਅਫਸਰ ਹੈ ਆਈਪੀਐਸ ਲਾਇਆ ਗਿਆ ਫਿਰ ਉਹਨੂੰ ਡੀਜੀਪੀ ਲਾਇਆ ਗਿਆ ਅਕਾਲੀਆਂ ਦੀ ਸਰਕਾਰ ਨੇ ਅਕਾਲੀਆਂ ਕੋਲ ਤੁਸੀਂ ਪੁੱਛ ਲੈਣਾ ਹੈ ਇਸ ਭਲੇਖੇ 'ਚ ਨਹੀਂ ਰਹਿਣਾ ਜਿਨ੍ਹਾਂ ਨੂੰ ਕਿਸੇ ਨੂੰ ਭਲੇਖਾ ਹੋਵੇ ਅਕਾਲੀਆਂ ਨੂੰ ਪੁੱਛ ਲਓ ਵੀ ਤੁਸੀਂ ਖਾਲਸਾਤਨ ਦੀ ਮੰਗ ਕਰਦੇ ਹੋ ਖਾਲਸਾਤਨ ਦੀ ਮੰਗ ਤੇ ਤੁਹਾਡੀ ਕੀ ਰਾਇ ਹੈ ਉਹ ਸਪਸ਼ਟ ਨਹੀਂ ਉਹ ਕਹਿੰਦੇ ਜੀ ਅਸੀਂ ਨਹੀਂ ਮੰਗਦੇ ਖਾਲਸਾਤਨ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ 100% ਵਿਸ਼ਵਾਸ ਰੱਖਦੇ ਹਾਂ ਇਹ ਬੋਲ ਆ ਅਕਾਲੀਆਂ ਦੇ ਸੋ ਅਕਾਲੀ ਕਹਿੰਦੇ ਸਾਨੂੰ ਖਾਲਸਾਤਨੀ ਚਾਹੀਦਾ ਕਿਤੇ ਐਵੇਂ ਭਲੇਖੇ 'ਚ ਨਾ ਰਹਿ ਜੋ ਉਨਾ ਹੀ ਅਕਾਲੀਆਂ ਨੇ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ ਸਿੱਖਾਂ ਦੇ ਇਨਕਾਊਂਟਰ ਕਰਨ ਵਾਲੇ ਇਜ਼ਹਾਰ ਆਲਮ ਨੂੰ ਅਕਾਲੀ ਦਲ ਚ ਸ਼ਾਮਿਲ ਕੀਤਾ ਸੋ ਅਕਾਲੀ ਦਲ ਸ਼ਾਮਿਲ ਹੈ ਸਿੱਖਾਂ ਦੀ ਕਤਲੋਗਾਰਥ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਬਰਨਾਲੇ ਦੀ ਸਰਕਾਰ ਦੇ ਸਮੇਂ ਰਜੀਵ ਗਾਂਧੀ ਦੁਬਾਰਾ ਫੌਜੀ ਚਾੜ ਦਿੰਦਾ ਹੈ ਅਕਾਲ ਤਖਤ ਦੇ ਉੱਤੇ ਸੋ ਫਰਕ ਨਾ ਸਮਝ ਬੈਠੋ ਵੀ ਨਾਮ ਉਰੇ ਅਕਾਲੀ ਲੱਗਾ ਹੈ 10ਵੇਂ ਪਾਸ਼ਾ ਨੇ ਚੌਥੇ ਪਾਸ਼ਾ ਦੀ ਚਾਲੂ ਕੀਤੀ ਹੋਈ ਮਸੰਦ ਪ੍ਰਥਾ ਨੂੰ ਆਪਣੇ ਹੱਥੀ ਸਾੜ ਕੇ ਖਤਮ ਕੀਤਾ ਸੀ ਯਾਦ ਰੱਖਿਆ ਕਰੋ ਇਸ ਗੱਲ ਨੂੰ ਇਹਦਾ ਕਹਿ ਕਰੋ ਵੀ ਬਸ ਨਾਂ ਲੱਗ ਗਿਆ ਤੇ ਉਹ ਸਾਡੇ ਨੇ ਅਕਾਲੀ ਕਹਿੰਦੇ ਸਾਨੂੰ ਖਾਲਸਾ ਰਾਜ ਨਹੀਂ ਚਾਹੀਦਾ ਖਾਲਸ탄 ਖਾਲਸਾ ਰਾਜ ਇੱਕ ਹੀ ਗੱਲ ਹੈ ਸ਼ਬਦਾਂ ਦਾ ਹੀਰ ਫੇਰ ਹੈ ਸੋ ਗੱਲਬਾਤ ਕਰਾਂਗੇ ਜੀ ਕਿਸ ਤਰ੍ਹਾਂ ਸੁਮੇਸ਼ ਸੈਣੀ ਦਾ ਕੇਸ ਸਾਨੂੰ ਸਮਝਣਾ ਪਵੇਗਾ ਜਿੱਤੋਂ ਸਪਸ਼ਟ ਹੋ ਜਾਂਦਾ ਕਿ ਹਿੰਦੂਆਂ ਦੀ ਜਾਨ ਖਤਰੇ 'ਚ ਹੈ ਇਨਸਾਫ ਨਾ ਹਿੰਦੂਆਂ ਨੂੰ ਮਿਲਦਾ ਹੈ ਨਾ ਸਿੱਖਾਂ ਨੂੰ ਤਾਂ ਕੀ ਮਿਲਾਂ ਇਨਸਾਫ ਨਾ ਕ੍ਰਿਸ਼ਚਨਾਂ ਨੂੰ ਮਿਲਦਾ ਹੈ ਨਾ ਮੁਸਲਮਾਨਾਂ ਨੂੰ ਮਿਲਦਾ ਉਸ ਧਰਤੀ ਦੇ ਉੱਤੇ ਕਿਸੇ ਦੇ ਲਈ ਵੀ ਇਨਸਾਫ ਨਹੀਂ ਉਸ ਸਿਸਟਮ ਦੇ ਵਿੱਚ ਚਾਹੇ ਉਹ ਹਿੰਦੂ ਨੇ ਕਿਸ ਤਰ੍ਹਾਂ ਤਿੰਨ ਤਿੰਨ ਹਿੰਦੂਆਂ ਦਾ ਝੂਠਾ ਐਨਕਾਊਂਟਰ ਕਰ ਦਿੰਦਾ ਹੈ ਸੁਮੇਸ਼ ਸੈਣੀ ਆਪਣਾ ਸਕੋਰ ਬਰਾਬਰ ਕਰਨ ਦੇ ਲਈ ਓਕੇ ਇਸ ਨੂੰ ਬਾਤਾਂਗੇ ਅੱਜ 30 ਸਾਲ ਹੋ ਚਲੇ ਨੇ ਹਿੰਦੂਆਂ ਦੇ ਉਸ ਕਤਲ ਨੂੰ ਤੇ ਕਦੀ ਨਹੀਂ ਕਿਸੇ ਹਿੰਦੂਈ ਆਰਗੇਨਾਈਜੇਸ਼ਨ ਨੇ ਪੁੱਛਿਆ ਵੀ ਹਿੰਦੂਆਂ ਦੀ ਜਾਨ ਖਤਰੇ ਵਿੱਚ ਹੈ ਹਿੰਦੂਆਂ ਦੀ ਜਾਨ ਨੂੰ ਖਤਰਾ ਹੈ ਹਿੰਦੂਆਂ ਨੂੰ ਇਨਸਾਫ ਨਹੀਂ ਮਿਲਦਾ ਮੈਂ ਕਹਿੰਨਾ ਵੀ ਨਹੀਂ ਮਿਲਦਾ ਹਿੰਦੂਆਂ ਨੂੰ ਇਨਸਾਫ ਜੇ ਮਿਲਦਾ ਤਾਂ ਸੁਮੇਧ ਸੈਣੀ ਨੂੰ ਸਰਕਾਰ ਨੇ ਫਾਹੇ ਕਿਉਂ ਨਹੀਂ ਟੰਗਿਆ ਉਹਨੂੰ ਤਾਂ ਅਹੁਦੇ ਦਿੱਤੇ ਨੇ ਉਹ ਤਾਂ ਡੀਜੀਪੀ ਲਗਾ ਰਿਆ 93 ਚ ਮਾਰੇ ਗਏ ਹਿੰਦੂ ਕਿਸ ਚੱਲਦਾ ਜੀ 93 ਦਾ ਤੇ ਅੱਜ 24 ਹੋ ਗਿਆ 30 ਸਾਲ ਹੋ ਚਲੇ ਨੇ ਉਹ ਹਿੰਦੂਆਂ ਨੂੰ ਦਰਦਰਦੀਆਂ ਠੋਕਰਾ ਖਾਂਦਿਆਂ। ਸੋ ਪਰ ਉਸ ਇਹਨਾਂ ਸਾਰੀਆਂ ਖਬਰਾਂ ਤੇ ਆਉਣ ਤੋਂ ਪਹਿਲਾਂ ਇੱਕ ਖਬਰ ਭਾਰਤ ਦੇ ਹਾਲਾਤਾਂ ਦੇ ਉੱਤੇ ਆਪਾਂ ਜਿਹੜੀ ਕਰਨੀ ਹੈ। ਸੋ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਇਹ ਪਿੱਛੇ ਅਮਰੀਕਾ ਦਾ ਝੰਡਾ ਲੱਗਾ ਹੋਇਆ ਨਾਲੇ ਜਿਹੜਾ ਪਿੱਛੇ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਝੰਡਾ ਲੱਗਾ ਹੋਇਆ ਬਾਰਡਰ ਐਂਡ ਪੈਟਰੋਲ ਜਿਹੜੀ ਅਮਰੀਕਾ ਦੀ ਜਿੱਥੇ ਮੁੰਡਿਆਂ ਨੂੰ ਜਦੋਂ ਡੌਂਕੀਆਂ ਲਾ ਲਾ ਕੇ ਹੁੰਦੇ ਆ ਤੇ ਇਹੀ ਚੰਡੇ ਦਿਖਾਈ ਦਿੰਦੇ ਨੇ ਸੋ ਇਹ ਫੋਟੋ ਜਿਹੜੀ ਉਹ ਬੜੀ ਚਰਚਾ ਦੇ ਵਿੱਚ ਅੱਜ ਕੱਲ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਇਹ ਵਧਾਈਆਂ ਕਾਦੀਆਂ ਨੇ ਤੇ ਤਸਵੀਰ ਬੜੀ ਕਲੀਅਰ ਹੋ ਜੂਗੀ ਜਦੋਂ ਇੱਕ ਭਾਰਤੀ ਪੱਤਰਕਾਰ ਔਰਤ ਜਿਹੜੀ ਭਾਜਪਾ ਦੀ ਫੁੱਲ ਸਪੋਰਟਰ ਦਿਖਾਈ ਦਿੰਦੀ ਹੈ ਦੇਖਣ ਨੂੰ ਲੱਗਦਾ ਕਿ ਉਹ ਬੜੀ ਨਿਊਟਰਲ ਤੇ ਰਹਤੇ ਉਹ ਬੜੇ ਕਰੜੇ ਸਵਾਲ ਦਿਖਾ ਰਹੀ ਹੈ ਕਿ ਮੈਂ ਬਹੁਤ ਕਰੜੇ ਸਵਾਲ ਅੰਬੀ ਅਮਰੀਕੀ ਅੰਬੈਸਡਰ ਨੂੰ ਪੁੱਛ ਰਹੀ ਆ ਤੇ ਉਹ ਸਵਾਲ ਪੁੱਛਦੀ ਆ ਕਹਿੰਦੀ ਦੇਖੋ ਤੁਹਾਡੇ ਨਾਲ ਸਾਡਾ ਬਿਜ਼ਨਸ ਹੈ ਤੁਹਾਡੇ ਨਾਲ ਸਾਡੇ ਉਥੇ ਸਟੂਡੈਂਟ ਜਾਂਦੇ ਨੇ ਤੁਹਾਡੇ ਨਾਲ ਹੁਣ ਮਿਲਟਰੀ ਕਾਰਪੋਰੇਸ਼ਨ ਵੀ ਕਾਰਪੋਰੇਸ਼ਨ ਵੀ ਚੱਲ ਪਿਆ ਹੈ ਬੜਾ ਸਾਡਾ ਬਿਜ਼ਨਸ ਹੋ ਗਿਆ ਬੜੀ ਗੱਲਬਾਤ ਹੋ ਗਈ ਆ ਮੋਦੀ ਤੁਹਾਡਾ ਬੜਾ ਪ੍ਰੇਜ਼ ਕਰਦਾ ਆ ਅਮਰੀਕਾ ਵਾਲਿਆਂ ਦਾ ਫਿਰ ਵੀ ਤੁਸੀਂ ਇਹ ਖਾਲਿਸਤਾਨ ਦਾ ਮੁੱਦੇ ਨੂੰ ਬੰਦ ਕਿਉਂ ਨਹੀਂ ਕਰਾਉਂਦੇ ਤੇ ਅਮਰੀਕੀ ਇਨਵੈਸਟਰ ਦਾ ਬੜਾ ਟੁਕਮਾ ਜਵਾਬ ਹੁੰਦਾ ਉਹ ਕਹਿੰਦੇ ਨੇ ਕਿ ਦੇਖੋ ਸਾਡੇ ਹੈਗੀ ਆ ਆਜ਼ਾਦੀ ਅਸੀਂ ਲੋਕਾਂ ਦੇ ਮਨੁੱਖੀ ਹੱਕਾਂ ਦੇ ਉੱਤੇ ਡਾਕੇ ਨਹੀਂ ਮਾਰਦੇ ਜਿਹੜੀ ਆਜ਼ਾਦੀ ਤੁਹਾਡੇ ਮੁਲਕ 'ਚ ਹੈ ਨਾ ਇਹ ਸਾਡੇ ਸਿਸਟਮ ਨਹੀਂ ਹੈਗਾ ਸਾਡੇ ਅਸੀਂ ਫ੍ਰੀडम ਨੂੰ ਪੈਲ ਦਿੰਨੇ ਆ ਨਾ ਕਿ ਲੋਕਾਂ ਦਾ ਗਲਾ ਘੁੱਟਣ ਨੂੰ ਪੈਲ ਦਿੰਨੇ ਆ ਵੀ ਜੇ ਕੋਈ ਆਜ਼ਾਦੀ ਦੀ ਮੰਗ ਕਰ ਲੇ ਤਾਂ ਉਹਨੂੰ ਅਤਵਾਦੀ ਕਹਿ ਕੇ ਮਾਰ ਦੋ ਨਹੀਂ ਸਾਡੇ ਮੁਲਕ ਦਾ ਨਹੀਂ بڑے بڑے ਥਰਮੇ ਦੇ ਨਾਲ ਜਵਾਬ ਦਿੱਤਾ ਉਹ ਫਿਰ ਹੋਰ ਪ੍ਰੈਸ਼ਰ ਪਾਉਂਦੀ ਹੈ ਉਹ ਕਹਿੰਦੀ ਦੇਖੋ ਉਥੇ ਰਜੀਵ ਗਾਂਧੀ ਗਿਆ ਸੀ ਉਹਦੇ ਨਾਲ ਕਿੰਦਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ 35 ਸਾਲ ਪਹਿਲਾਂ ਵੀ ਉਹਨੇ ਦੱਸ ਦਿੱਤਾ ਸੀ ਕਿ ਅਮਰੀਕਾ 'ਚ ਖਾਲਿਸਤਾਨ ਹੋ ਸਕਦਾ ਹੈ ਭਾਰਤ ਦੇ ਵਿੱਚ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੈ ਜੇ ਭਾਰਤ ਦੇ ਵਿੱਚ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੈ ਤੇ ਜੈ ਸ਼ੰਕਰ ਹੁਣੀ ਵਿਦੇਸ਼ਾਂ ਦੀ ਹਰੇਕ ਸਰਕਾਰ ਨੂੰ ਇਹ ਕਿਉਂ ਕਹਿੰਦੇ ਨੇ ਵੀ ਖਾਲਿਸਤਾਨੀਆਂ ਨੂੰ ਰੋਕ ਦਿਓ ਸਾਡਾ ਦੇਸ਼ ਦੀ ਟੈਰੀਟੋਰੀਅਲ ਇੰਟੀਗ੍ਰਿਟੀ ਨੂੰ ਖਤਰਾ ਹੈ ਮੋਦੀ ਕਿਉਂ ਇਹ ਕਹਿੰਦਾ ਕਿ ਸਾਡੇ ਦੇਸ਼ ਦੀ ਟੈਰੀਟੋਰੀਅਲ ਇੰਟੀਗ੍ਰਿਟੀ ਨੂੰ ਖਤਰਾ ਹੈ ਅਮਿਤ ਸ਼ਾ ਪਾਰਲੀਮੈਂਟ 'ਚ ਕਹਿੰਦਾ ਸਾਡੇ ਦੇਸ਼ ਦੀ ਟੈਰੀਟੋਰੀਅਲ ਇੰਟੀਗ੍ਰਿਟੀ ਨੂੰ ਖਤਰਾ ਹੈ ਖਾਲਸਤਾਨ ਸ਼ਬਦ ਭਾਰਤੀ ਪਾਰਲੀਮੈਂਟ 'ਚ ਯੂਜ਼ ਕਰਨ ਦੀ ਮਨਾਹੀ ਹੈ ਉਹ ਕਹਿੰਦੇ ਵਰਤੋ ਹੀ ਨਾ ਕੱਲ੍ਹ ਨੂੰ ਅਸੀਂ ਕਵਾਂਗੇ ਦੇਖੋ ਆ ਤਾਂ ਗੱਲ ਹੀ ਮੁੱਕ ਗਈ ਹੈ ਜਿੰਨੇ ਨੌਜਵਾਨ ਤੁਸੀਂ ਖਾਲਸਤਾਨ ਦੇ ਛਾਪੇ ਲਾਉਣ ਤੇ ਗ੍ਰਿਫਤਾਰ ਕੀਤੇ ਨੇ ਫਿਰ ਉਹਨਾਂ ਨੂੰ ਛੱਡ ਦਿਓ ਜੇ ਖਾਲਸਤਾਨ ਦੀ ਗੱਲ ਕੋਈ ਨਹੀਂ ਹੈ ਜਿੰਨੇ ਨੌਜਵਾਨਾਂ ਨੂੰ ਤੁਸੀਂ ਖਾਲਸਤਾਨ ਕਰਕੇ ਡੇਬਰੂਗੜ੍ਹ ਜੇਲ੍ਹ ਭੇਜਿਆ ਜਾਂ ਅੰਮ੍ਰਿਤਸਰ ਦੀਆਂ ਜੇਲਾ ਬਠਿੰਡੇ ਦੀਆਂ ਜੇਲ੍ਹਾਂ 'ਚ ਖਾਲਸਤਾਨ ਦੇ ਨਾਂ ਦੇ ਉੱਤੇ ਲਾਅ ਐਂਡ ਆਰਡਰ ਦਾ ਵਾਸਤਾ ਦੇ ਕੇ ਰੱਖਿਆ ਹੋਇ ਉਹਨਾਂ ਨੂੰ ਛੱਡ ਦਿਓ ਫਿਰ ਸਾਰਿਆਂ ਨੂੰ ਜੇ ਖਾਲਸਾਣ ਦੀ ਗੱਲ ਕੋਈ ਨਹੀਂ ਹੈ ਸਭ ਤੋਂ ਵੱਡਾ ਟੈਸਟ ਜੇ ਭਾਰਤ ਦੇ ਵਿੱਚ ਤੁਹਾਡਾ ਇਹ ਕਲੇਮ ਹੈ ਕਿ ਖਾਲਸਾਣ ਦੀ ਗੱਲ ਨਹੀਂ ਹੈ ਤੇ ਤੁਸੀਂ ਬਾਈਂਡਿੰਗ ਰੈਫਰੈਂਡਮ ਦਾ ਐਲਾਨ ਕਰ ਦਿਓ ਲੋਕ ਵੋਟਾਂ ਪਾ ਕੇ ਦੱਸ ਦੇਣਗੇ ਤੇ ਖਾਲਸਾਣ ਦੀ ਦੁਨੀਆ ਭਰ ਚ ਝੂਠੇ ਹੋ ਜਾਣਗੇ ਉਹਨਾਂ ਦਾ ਲੋਕ ਉਹਨਾਂ ਨੂੰ ਫਟਕਾਰ ਦੇਣਗੇ ਕਿ ਦੇਖੋ ਤੁਸੀਂ ਝੂਠ ਬੋਲਦੇ ਸੀ ਖਾਲਸਾਣ ਦੀ ਕੋਈ ਮੰਗ ਨਹੀਂ ਹੈ ਭਾਰਤੀ ਇਲੈਕਸ਼ਨਾਂ ਚ ਖਾਲਸਾਣ ਦਾ ਕੋਈ ਲੈਣ ਦੇਣ ਨਹੀਂ ਹੈ ਰਾਈਟ ਟੂ ਸਵੈਲ ਡਿਟਰਮੀਨੇਸ਼ਨ ਉਹਦੋਂ ਤੁਸੀਂ ਵਰਤ ਸਕਦੇ ਹੋ ਜਦੋਂ ਤੁਹਾਨੂੰ ਸਹੀ ਸਹੀ ਮੌਕਾ ਮਿਲੇ ਵੋਟ ਪਾਉਣ ਦਾ ਇਹ ਗੱਲ ਕਿੱਥੋਂ ਸਿੱਖੀ ਆਪਾਂ ਕਿ ਸਹੀ ਗੁਲਾਮੀ ਦੇ ਵਿੱਚ ਤੁਸੀਂ ਸਹੀ ਆਪਣੀ ਸੋਚ ਨਹੀਂ ਪ੍ਰਗਟਾ ਸਕਦੇ 1947 ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਵੀ ਇਹੀ ਤਰਕ ਦਿੰਦੇ ਸੀ ਕਿ ਦੇਖੋ ਇੱਥੇ ਤਾਂ ਇਲੈਕਸ਼ਨ ਹੁੰਦੀਆਂ ਨੇ ਵੋਟਾਂ ਪੈਂਦੀਆਂ ਨੇ ਤੁਹਾਡੇ ਬੰਦੇ ਚੁਣ ਕੇ ਪਾਰਲੀਮੈਂਟ ਚ ਜਾਂਦੇ ਨੇ ਆ ਦਿੱਲੀ ਵਾਲੀ ਪਾਰਲੀਮੈਂਟ ਇੰਡੀਆ ਵਾਲਿਆਂ ਨੇ ਨਹੀਂ ਬਣਾਈ ਸੀ ਇਹ ਗੋਰਿਆਂ ਨੇ ਬਣਾਈ ਸੀ ਜਿਹੜੀ ਹੁਣੇ-ਹੁਣੇ ਬਦਲੀ ਐ ਮੋਦੀ ਨੇ ਉਸੇ ਪਾਰਲੀਮੈਂਟ 'ਚ ਬੰਦੇ ਬੈਠੇ ਹੁੰਦੇ ਸੀ ਕਾਨੂੰਨ ਬਣਾਉਂਦੇ ਸੀ ਜਿਸ ਦਿਨ ਭਗਤ ਸਿੰਘ ਨੇ ਤੇ ਉਹਦੇ ਸਾਥੀਆਂ ਨੇ ਉੱਥੇ ਆਵਾਜ਼ ਕਰਨ ਵਾਲੇ ਬੰਬ ਸੁੱਟੇ ਸੀ ਜਿਸ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਮੁੜ ਕੇ ਫਾਂਸੀਆਂ ਲੱਗਦੀਆਂ ਨੇ ਉੱਥੇ ਕੌਣ ਬੈਠੇ ਸੀ ਤੇ ਕੌਣ ਜ਼ਖਮੀ ਹੋਏ ਸੀ ਉਹ ਕਿਹੜੇ ਲੀਡਰ ਸੀ ਕਦੀ ਉਹਨਾਂ ਐਮਪੀਆ ਦੇ ਨਾਮ ਪੜੇ ਨੇ ਕਲੀਅਰ ਹੋ ਜੂ ਤੁਹਾਨੂੰ ਕਿੰਨੇ ਜ਼ਖਮੀ ਹੋਏ ਸੀ ਉਹਨਾਂ ਦੇ ਨਾਮ ਕੀ ਸੀ ਵੀ ਉਹ ਇੰਡੀਅਨ ਸੀ ਕਿ ਗੋਰੇ ਸੀ ਗੱਲ ਸਾਫ਼ ਤੇ ਸਪਸ਼ਟ ਹੋ ਜੂਗੀ ਤੁਹਾਡੇ ਸਾਹਮਣੇ ਵੀ ਗੋਰੇ ਉਹਦਣ ਵੀ ਵੋਟਾਂ ਪਾ ਕੇ ਪਰ ਸਮਝਣ ਵਾਲੀ ਗੱਲ ਕੀ ਹੈ ਉਸ ਸਮੇਂ ਭਾਰਤੀ ਕੀ ਕਹਿੰਦੇ ਸੀ ਦੇਖੋ ਅਸੀਂ ਹੈਗੇ ਆ ਗੁਲਾਮ ਤੇ ਜਦੋਂ ਗੁਲਾਮੀ ਦੀ ਕੰਡੀਸ਼ਨ ਹੁੰਦੀ ਆ ਉਦੋਂ ਤੁਸੀਂ ਆਪਣੀ ਸਹੀ ਚੁਆਇਸ ਪ੍ਰਗਟਾ ਨਹੀਂ ਸਕਦੇ ਤੁਹਾਨੂੰ ਉਹੀ ਬੰਦੇ ਚੁਣਨੇ ਪੈਂਦੇ ਨੇ ਜਿਹੜੇ ਕੇਂਦਰ ਚਾਹੁੰਦਾ ਹੋਵੇ ਜਾਂ ਜਿਹੜੇ ਰਾਜ ਚਾਹੁੰਦੇ ਹੋਣ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਕੋਈ ਚੁਣ ਲਓ ਤੇ ਉਹੀ ਬੰਦੇ ਚੁਣਨੇ ਪੈਂਦੇ ਨੇ ਜਿਸ ਕਾਰਨ ਇਹਨੂੰ ਟ੍ਰੂ ਲੋਕਾਂ ਦੀ ਵੌਇਸ ਨਹੀਂ ਕਿਹਾ ਜਾ ਸਕਦਾ ਇਹ ਭਾਰਤੀਆਂ ਦਾ ਦਾਵਾ ਸੀ 1947 ਤੋਂ ਪਹਿਲਾਂ ਤੇ ਜੇ ਅੱਜ ਸੇਖੇ ਕਹਿੰਦਾ ਕਿ ਤੁਸੀਂ ਕਾਂਗਰਸੀ ਚੁਣ ਲਓ ਅਕਾਲੀ ਚੁਣ ਲਓ ਖਾਲਸਤਾਨੀ ਉੱਥੇ ਖੜਾ ਹੋ ਗਿਆ ਉਹਨੂੰ ਚੁਣ ਲਓ ਹਾਥੀ ਵਾਲਾ ਚੁਣ ਲਓ ਤੇ ਜੇ ਸੇਖੇ ਗੱਲ ਕਵੇ ਕਿ ਭਾਈ ਗੁਲਾਮੀ ਦੇ ਵਿੱਚ ਉਹੀ ਬੰਦੇ ਚੁਣੇ ਪੈਂਦੇ ਨੇ ਜਿਹੜੀਆਂ ਚੁਆਇਸਾਂ ਤੁਸੀਂ ਦੇ ਦਿੰਦੇ ਹੋ ਇਹ ਸਾਡੀ ਵਿੱਲ ਨਹੀਂ ਹੈ ਇਹ ਸਾਡੇ ਮਨ ਦੀ ਇੱਛਾ ਨਹੀਂ ਹੈ ਇਹ ਬੰਦੇ ਸਾਡੇ ਮਨ ਦੀ ਇੱਛਾ ਨਹੀਂ ਨੇ ਪਰ ਹੁਣ ਸਾਨੂੰ ਕੀ ਇਹੀ ਚੁਆਇਸ ਇਹੀ ਚੁਣਨੇ ਪੈਂਦੇ ਨੇ ਜੇ 1947 ਤੋਂ ਤੁਹਾਡੀ ਪਹਿਲਾਂ ਤੁਹਾਡੀ ਗੱਲ ਸਹੀ ਸੀ ਤੇ ਅੱਜ ਵੀ ਇਹੀ ਗੱਲ ਫਿਰ ਅੱਜ ਵੀ ਉਹੀ ਕਾਨੂੰਨ ਲਾਗੂ ਹੁੰਦਾ ਹੈ ਅੱਜ ਵੀ ਉਹ ਇੰਟਰਨੈਸ਼ਨਲ ਲਾਅ ਲਾਗੂ ਹੁੰਦਾ ਹੈ ਕਿ ਭਾਈ ਇਹ ਚੁਆਇਸਾਂ ਸਾਡੇ ਦਿਲ ਦੀਆਂ ਚੁਆਇਸਾਂ ਨਹੀਂ ਹੈ ਇਸ ਕਾਰਨ ਜੇ ਭਾਰਤ ਦੀ ਸਰਕਾਰ ਕਹਿੰਦੀ ਹੈ ਕਿ ਉੱਥੇ ਖਾਲਿਸਤਾਨ ਦਾ ਕੋਈ ਵੀ ਮੁੱਦਾ ਨਹੀਂ ਹੈ ਤੇ ਫਿਰ ਉਹਨਾਂ ਨੂੰ ਉੱਥੇ ਇੱਕ ਬਾਈਂਡਿੰਗ ਰੈਫਰੈਂਡਮ ਕਰਾ ਕੇ ਨਿਰਣਾ ਕਰਾ ਲੈਣਾ ਚਾਹੀਦਾ ਹੈ ਡਰਦੀ ਕਿਉਂ ਹੈ ਭਾਰਤ ਦੀ ਸਰਕਾਰ ਮੈਂ ਲੋਕਾਂ ਕਰੋ ਪੁੱਛਦਾ ਡਰਦੀ ਕਿਉਂ ਜੇ ਲੋਕ ਕਹਿੰਦੇ ਯਾਰ ਖਾਲਿਸਤਾਨ ਦੀ ਤਾਂ ਭਾਰਤ ਪੰਜਾਬ ਚ ਤਾਂ ਕੋਈ ਮੰਗ ਨਹੀਂ ਅਸੀਂ ਐਗਰੀ ਕਰ ਜਾਂਦੇ ਹਾਂ ਅਸੀਂ ਕਹਿੰਦੇ ਜੀ ਚਲੋ ਪੋਲਟਿਕਸ ਪੰਜਾਬ ਤਾਂ ਨਿਊਟਰਲ ਠਹਿਰਾ ਹੈ ਨਾ ਖਾਲਿਸਤਾਨੀਆ ਪੱਖੀ ਹੈ ਨਾ ਭਾਰਤ ਪੱਖੀ ਹੈ ਐਗਰੀ ਕਰ ਜਾਂਦੇ ਆ ਭਾਰਤ ਦੀ ਸਰਕਾਰ ਨੂੰ ਕਹਿੰਦੇ ਤੂੰ ਬਾਈਂਡਿੰਗ ਰੈਫਰੈਂਡਮ ਕਰਾ ਖਾਲਿਸਤਾਨੀਆ ਨੂੰ ਕਹਿੰਦੇ ਤੁਸੀਂ ਐਗਰੀ ਆ ਜੇ ਹਾਰਗੇ ਤਾਂ ਤੁਹਾਨੂੰ ਮੰਨਣਾ ਪਊਗਾ ਕਿ ਖਾਲਸਤਾਨ ਦੀ ਇਹ ਮੰਗ ਛੱਡਣੀ ਪਊਗੀ ਕਿਉਂਕਿ ਉੱਥੇ ਕੋਈ ਨਹੀਂ ਮੰਗਦਾ ਪਰ ਜੇ ਜਿੱਤ ਕੇ ਖਾਲਸਤਾਨੀ ਦੇਵੇ ਭਾਰਤ ਨੂੰ ਛੱਡਣਾ ਪਊ ਪੰਜਾਬ ਦੇਖੋ ਕਿੱਡਾ ਆਸਾਨ ਤਰੀਕਾ ਹੈ ਭਾਰਤ ਫਸਿਆ ਲੱਗਦਾ ਇਸ ਕੜਿੱਕੀ ਦੇ ਵਿੱਚ ਗੱਲ ਵਾਪਸ ਉੱਥੇ ਲੈ ਕੇ ਆਉਣਾ ਹਾਲਾਤਾਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਜਦੋਂ ਪੱਤਰਕਾਰ ਦੁਬਾਰਾ ਜ਼ੋਰ ਦੇ ਕੇ ਕਹਿੰਦੀ ਹੈ ਨਹੀਂ ਜੀ ਇਹ ਤਾਂ ਟੈਰਰਿਸਟ ਹੈ ਅਤਵਾਦੀ ਹੈ ਦੇਖੋ ਜੀ ਕਿੱਡੇ ਕਨਸ਼ਕਾ ਵਰਗੇ ਕਾਂਡ ਹੋ ਗਏ ਜਹਾਜ਼ਾਂ 'ਚ ਇੰਡੀਅਨਜ਼ ਨੂੰ ਮਾਰ ਦਿੱਤਾ ਗਿਆ ਤਰਾਂਤਰੰਦੀਆਂ ਕੰਪਲੇਂਟਸ ਕਿ ਸਾਡੇ ਦੇਸ਼ 'ਚ ਗੜਬੜ ਫਲਾ ਰਹੇ ਨੇ ਅਮਰੀਕਾ ਤੋਂ ਬਹਿ ਕੇ ਤੁਹਾਨੂੰ ਪਤਾ ਹੈ ਉਹ ਕਹਿੰਦੀ ਹਿਸਟਰੀ ਤੇ ਫਿਰ ਅਮਰੀਕੀ ਐਮਬੈਸਡਰ ਦਾ ਕੀ ਜਵਾਬ ਸੀ ਕਹਿੰਦਾ ਹਾਂ ਸਾਨੂੰ ਪਤਾ ਹੈ ਤੁਹਾਡੀ ਹਿਸਟਰੀ ਪਤਾ ਹੈ ਮੈਨੂੰ ਉਹ ਸਾਰੀ ਹਿਸਟਰੀ ਪਤਾ ਹੈ ਹੁਣ ਉਹ ਪੱਤਰਕਾਰ ਜਿਹੜੀ ਸੋਚਦੀ ਸੀ ਵੀ ਆ ਗਈ ਗੱਲ ਲੱਗਦਾ ਟਿਕਾਣੇ ਫਸ ਗਿਆ ਐਮਬੈਸਡਰ ਮੇਰੀ ਤਾਂ ਮੈਂ ਤਾਂ ਇਹਨੂੰ ਮੰਤਰ ਮੁਕਤ ਕਰ ਲਿਆ ਮੈਂ ਤੈਨੂੰ ਖਾਲਸਤਾਨੀਆਂ ਦਾ ਦੇ ਕੇ ਇਹ ਬੰਬ ਚਲਾਉਂਦੇ ਨੇ ਇਹ ਅੱਤਵਾਦ ਕਰਦੇ ਨੇ ਇਹ ਟੈਰਰਿਸਟ ਨੇ ਸ਼ਾਇਦ ਇਹ ਵੀ ਮੇਰੇ ਝਪੇਟੇ ਚ ਆ ਗਿਆ ਪਰ ਜਦੋਂ ਇਨਵੈਸਟਰ ਨੇ ਕਹਿੰਦਾ ਜੀ ਹਾਂ ਮੈਨੂੰ ਪਤਾ ਹੈ ਸਾਰੀ ਹਿਸਟਰੀ ਦਾ ਖਾਲਸਤਾਨ ਦੀ ਹਿਸਟਰੀ ਦਾ ਮੈਂ ਕਹਿੰਦਾ ਵੀ ਜਾਣਦਾ ਚੰਗੀ ਤਰ੍ਹਾਂ ਐਸੇ ਹੀ ਦਿੱਲੀ ਚ ਜਿੱਥੇ ਤੂੰ ਬੈਠੀ ਆ ਤੇ ਮੈਂ ਬੈਠਾ ਆ ਸਿੱਖਾਂ ਦੀ ਕਤਲੋਗਾਰਤ ਕੀਤੀ ਗਈ ਸੀ ਕਿਉਂਕਿ ਉਹ ਸਿੱਖ ਸੀ ਉਹਨਾਂ ਦੇ ਸਿਰ ਵੱਡ ਵੱਡ ਕੇ ਸਟਿੱਕਾਂ ਦੇ ਉੱਤੇ ਨੇਜਿਆਂ ਦੇ ਉੱਤੇ ਕਿਰਪਾਨਾਂ ਦੇ ਉੱਤੇ ਟੰਗ ਕੇ ਲੋਕ ਘੁੰਮਦੇ ਸੀ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਉਹਨਾਂ ਦੇ ਉੱਪਰ ਪੈਟਰੋਲ ਸਵਿਚ ਸਿੱਟ ਕੇ ਅੱਗਾ ਲਾਇਆ ਗਿਆ ਸੀ ਬਹੁਤ ਕਹਿੰਦਾ ਇੱਥੇ ਕਤਲਗਾਰ ਤੋਂ ਇਵੇਂ ਚੰਗੀ ਤਰ੍ਹਾਂ ਜਾਣਦਾ ਆ ਤੇ ਖਾਸ ਕਹਿੰਦਾ ਉਹਨਾਂ ਨੂੰ ਮਾਰਿਆ ਪਤਾ ਕਿਉਂ ਗਿਆ ਸੀ ਜਿਹੜਾ ਸਪੈਸੀਫਿਕ ਉਹ ਜ਼ੋਰ ਦੇ ਕੇ ਕਹਿੰਦਾ ਕਿਉਂਕਿ ਉਹਨਾਂ ਦਾ ਰਿਲੀਜੀਅਨ ਤੁਹਾਡੇ ਤੋਂ ਡਿਫਰੈਂਟ ਸੀ ਫਿਰ ਪੱਤਰਕਾਰ ਦੀ ਜ਼ੁਬਾਨ ਜਿਹੜੀ ਹੈ ਉਹ ਥਥਲਾ ਜਾਂਦੀ ਹੈ ਕਿਉਂਕਿ ਸੱਚ ਸਾਹਮਣੇ ਆ ਗਿਆ ਉਹ ਕਹਿੰਦਾ ਜੀ ਤਾਂ ਮੰਗਦੇ ਆ ਖਾਲਿਸਤਾਨ ਨੂੰ ਗੱਲ ਕਲੀਅਰ ਹੈ ਉਹ ਕਹਿੰਦਾ ਕਹਿੰਦਾ ਤਾਂ ਮੰਗਦੇ ਇਹ ਬੋਲ ਕੇ ਨਹੀਂ ਉਹਨੇ ਕਿਹਾ ਵੀ ਤਾਂ ਮੰਗਦੇ ਨੇ ਪਰ ਉਹਨੇ ਗੱਲ ਸਮਝਾਤੀ ਕਿ ਤੁਸੀਂ ਇਹਨਾਂ ਦੀ ਕਤਲੋਗਾਰਧ ਕੀਤੀ ਹੈ ਜੈਨੋਸਾਈਡ ਕੀਤਾ ਹੈ ਮਾਰੇ ਗਏ ਨੇ ਮੈਨੂੰ ਕਹਿੰਦਾ ਸਾਰੀ ਹਿਸਟਰੀ ਪਤਾ ਹੈ ਸਾਨੂੰ ਨਾ ਦੱਸੋ ਕਿੰਨੇ ਬੰਬ ਚਲਾਇਆ ਕਿੰਨੇ ਟੈਰਰਰਿਜ਼ਮ ਕੀਤਾ ਅਮਰੀਕਾ ਸਾਰੀ ਦੁਨੀਆ ਦੇ ਉੱਤੇ ਨਿਗਾਹ ਰੱਖ ਕੇ ਬੈਠਾ ਹੈ ਤੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਕੀ ਕੀਤਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ ਸੰਤ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਕੀਤਾ ਨਿਕੰਨ ਕੇ ਬੱਚਿਆਂ ਨੂੰ ਸਾੜ ਦਿੱਤਾ ਗਿਆ ਕਹਿੰਦਾ ਸਾਨੂੰ ਸਾਰੀ ਖਬਰ ਹੈ ਤੇ ਅੱਜ ਵੀ ਸਾਨੂੰ ਸਾਰੀ ਖਬਰ ਹੈ ਫਿਰ ਦੂਸਰੇ ਨੰਬਰ ਤੇ ਉਹ ਖਾਸ ਜ਼ੋਰ ਦੇ ਕੇ ਕਹਿੰਦੀ ਕਹਿੰਦੀ ਗੁਰਪਤਮਨ ਸਿੰਘ ਪੰਨੂ ਜਿਹਨੂੰ ਟੈਰਰਿਸਟ ਕਹਿੰਦਾ ਲਾਨਿਆ ਉਹ ਕਹਿੰਦਾ ਤੁਹਾਡੇ ਇੱਥੇ ਲਾ ਹੋ ਸਕਦਾ ਕਿ ਤੁਸੀਂ ਬੋਲਣ ਦੀ ਆਜ਼ਾਦੀ ਜਿਹੜਾ ਕਵੇ ਜੀ ਮੈਨੂੰ ਆਜ਼ਾਦੀ ਚਾਹੀਦੀ ਤੇ ਉਹਨੂੰ ਅੱਤਵਾਦੀ ਬਣਾ ਦੋ ਪਰ ਸਾਡੇ ਕਾਨੂੰਨ ਨੇ ਹਾਂ ਜੇ ਕੋਈ ਕਾਨੂੰਨ ਤੋੜਿਆ ਜਿਹੜਾ ਅਮਰੀਕਾ ਦੀ ਨਿਗਾ ਦੇ ਵਿੱਚ ਕਾਨੂੰਨ ਤੋੜਨਾ ਹੈ ਤੇ ਸਾਨੂੰ ਦੱਸ ਦਿਓ ਇੱਕ ਗੱਲ ਤਾਂ ਕਲੀਅਰ ਹੋ ਗਈ ਫਿਰ ਅਮਰੀਕਾ ਦੇ ਕਾਨੂੰਨ ਅਨੁਸਾਰ ਗੁਰਪਤਵੰਨ ਸਿੰਘ ਪੰਨੂ ਨੇ ਇੱਕ ਵੀ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਜੇ ਕੀਤਾ ਹੁੰਦਾ ਤੇ ਅਮਰੀਕਾ ਦੀ ਸਰਕਾਰ ਐਡਾ ਦਬਾਅ ਉਹਦੇ ਉੱਤੇ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਸੁੱਟ ਲੈਂਦੀ। ਯਾਨੀ ਕਿ ਅਮਰੀਕਾ ਦੀ ਸਰਕਾਰ ਨੇ ਇੱਕ ਗੱਲ ਤਾਂ ਕਲੀਅਰ ਕਰ ਦਿੱਤੀ ਕਿ ਗੁਰਪਤਵੰਨ ਸਿੰਘ ਪੰਨੂ ਦਾ ਜਿਹੜਾ ਦਾਵਾ ਸੀ ਕਿ ਅਸੀਂ ਡੈਮੋਕ੍ਰੈਟਿਕ ਹਾਂ, ਅਸੀਂ ਕਾਨੂੰਨੀ ਹਾਂ, ਭਾਰਤ ਦੇ ਵਿੱਚ ਝੰਡਾ ਚੜ੍ਹਾਉਣਾ ਕੋਈ ਗੈਰ ਕਾਨੂੰਨੀ ਅਮਰੀਕੀ ਕਾਨੂੰਨ ਅਨੁਸਾਰ ਭਾਰਤ ਦੇ ਵਿੱਚ ਛਾਪੇ ਲਾਉਣੇ ਕੋਈ ਗੈਰਕਾਨੂੰਨੀ ਨਹੀਂ ਅਮਰੀਕੀ ਕਾਨੂੰਨ ਅਨੁਸਾਰ ਲਾਲ ਕਿਰੇ ਤੇ ਝੰਡਾ ਲਵਾ ਦੇਣਾ ਕੋਈ ਗੈਰਕਾਨੂੰਨੀ ਨਹੀਂ ਆਪਣੀ ਆਵਾਜ਼ ਚੱਕਣ ਦੀ ਪਾਰਲੀਮੈਂਟ ਚ ਬੰਦੇ ਬਾੜ ਦੇਣਾ ਕੋਈ ਗੈਰਕਾਨੂੰਨੀ ਨਹੀਂ ਜਾਨੀ ਕਿ ਅਮਰੀਕੀ ਕਾਨੂੰਨ ਅਨੁਸਾਰ ਗੁਰਪਤਵੰਨ ਸਿੰਘ ਪੰਨੂ ਨੇ ਕੋਈ ਵੀ ਕਾਨੂੰਨ ਨਹੀਂ ਤੋੜਿਆ ਹੈ ਇਹ ਤਾਂ ਗੱਲ ਕਲੀਅਰ ਕਰ ਦਿੱਤੀ ਫਿਰ ਜਿਹੜਾ ਤੀਸਰੀ ਗੱਲ ਉਹ ਕਹਿੰਦੇ ਹਾਲਾਤਾਂ ਦੇ ਉੱਤੇ ਉਹ ਕਹਿੰਦਾ ਦੇਖੋ ਕਿੱਡਾ ਕੋਆਪਰੇਸ਼ਨ ਆ ਸਾਡਾ ਕਿੱਡਾ ਆਪਾਂ ਬਿਜ਼ਨਸ ਕਰਦੀ ਆ ਬੀਬੀ ਕਹਿ ਰਹੀ ਐ ਕਿੱਡਾ ਆਪਾਂ ਨੇੜਤਾ ਦਾ ਜਿਹੜਾ ਉਹ ਰਿਸ਼ਤਾ ਰੱਖਿਆ ਹੋਇਆ ਤੇ ਗੁਰਪਤਮ ਸਿੰਘ ਪੰਨੂ ਕਾਰਨ ਇਹ ਸਾਰਾ ਰਿਸ਼ਤਾ ਜਿਹੜਾ ਉਹ ਖਰਾਬ ਹੋ ਰਿਹਾ ਹੈ ਆਪਾਂ ਨੂੰ ਚਾਹੀਦਾ ਹੈ ਕਿ ਕੁਝ ਨਾ ਕੁਝ ਕੀਤਾ ਜਾਵੇ ਉਹ ਕਹਿੰਦਾ ਮੈਂ ਚੰਗੀ ਤਰ੍ਹਾਂ ਜਾਣੂ ਆ ਜੇ ਕੋਈ ਕਾਨੂੰਨ ਤੋੜਦਾ ਜੇ ਕੋਈ ਰੈਡ ਲਾਈਨ ਕਰਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਾਨੂੰ ਬਿਲਕੁਲ ਇਲਮ ਹੈ ਕਿ ਕੀ ਹਾਲਾਤ ਨੇ ਤੁਹਾਡੇ ਭਾਰਤ ਦੇ ਸਰਕਾਰ ਕੀ ਕਰਦੀ ਪਈ ਹੈ ਜਦੋਂ ਰੈਡ ਲਾਈਨ ਦਾ ਜ਼ਿਕਰ ਕਰਦੇ ਨੇ ਐਮਬੈਸਡਰ ਉਹ ਕਹਿੰਦੇ ਨੇ ਕਿ ਸਾਨੂੰ ਪਤਾ ਹੈ ਕਿ ਜੇ ਕੋਈ ਵੀ ਵਿਅਕਤੀ ਡਰਗ ਡੀਲਰਾਂ ਦੇ ਨਾਲ ਡੀਲ ਕਰਦਾ ਹੈ ਜੇ ਕੋਈ ਵੀ ਵਿਅਕਤੀ ਜਿਹੜੇ ਹਥਿਆਰ ਸਪਲਾਈ ਕਰਦੇ ਨੇ ਆਰਮਸ ਸਮਗਲਰ ਹੈਗੇ ਉਹਨਾਂ ਦੇ ਨਾਲ ਡੀਲ ਕਰਦਾ ਹੈ ਜੇ ਕੋਈ ਵੀ ਵਿਅਕਤੀ ਕਿਸੇ ਗੈਰ ਕਾਨੂੰਨੀ ਸੰਗਠਨ ਦੇ ਨਾਲ ਅਤਵਾਦੀ ਸੰਗਠਨਾ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਤੇ ਸਾਡੀ ਨਿਗਾਹ ਹੈ ਉਹਨਾਂ ਦੇ ਉੱਤੇ ਫੁੱਲ ਫਲੈਜ ਤੇ ਫਿਰ ਉਹ ਇਹ ਗੱਲ ਕਹਿੰਦਾ ਕਿ ਇਸ ਸਾਰੀਆਂ ਚੀਜ਼ਾਂ ਲੈ ਕੇ ਬਹੁਤ ਸਾਰੇ ਬੰਦੇ ਸਾਡੇ ਸਾਊਥਰਨ ਬਾਰਡਰ ਤੋਂ ਕ੍ਰੋਸ ਕਰਦੇ ਨੇ ਟੈਕਸਸ, ਐਰੀਜ਼ੋਨਾ, ਕੈਲੀਫੋਰਨੀਆ ਇਥੋਂ ਬਾਰਡਰ ਕ੍ਰੋਸ ਕਰਦੇ ਨੇ ਤੇ ਉਹਨਾਂ ਚ ਸਭ ਤੋਂ ਲਾਰਜ ਨੰਬਰ ਪਤਾ ਕਿੰਨਾ ਤਾਂ ਹੁੰਦਾ ਉਹ ਇੰਡੀਅਨਸ ਦਾ ਹੁੰਦਾ ਹੈ। ਕਹਿੰਦਾ ਸਾਨੂੰ ਸਾਰੀ ਕਹਾਣੀ ਪਤਾ ਹੈ। ਹੁਣ ਇਹ ਇਹ ਤੱਥ ਕੀ ਉਹਨੇ ਕੀ ਖਾਨੇ ਗੱਲ ਪਾਈ ਉਸ ਪੱਤਰਕਾਰ ਦੇ? ਆਪਣੇ ਵੱਲੋਂ ਤੇ ਉਹ ਪੱਤਰਕਾਰ ਬੜੀ ਸਮਾਰਟ ਬਣੀ ਕਿ ਮੈਂ ਇਹ ਕੋਸ਼ਿਸ਼ ਕਰਦੀਆਂ ਨਾਲ ਫਸਾਉਣ ਦੀ ਕੱਲ ਵਾਲੇ ਪ੍ਰੋਗਰਾਮ 'ਚ ਆਪਾਂ ਪ੍ਰੋਪਰ ਵੀਡੀਓ ਨਾਲ ਪਲੇ ਕਰਕੇ ਗੱਲਬਾਤ ਕਰਾਂਗੇ ਅੱਜ ਮੁੱਦੇ ਹੋਰ ਬਹੁਤ ਹੈਗੇ ਆ ਤੇ ਆਪਾਂ ਇੱਕ ਲਾਈਨ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕੱਲ ਨੂੰ ਵਿਸਥਾਰ ਦੇ ਨਾਲ ਇਸ ਵੀਡੀਓ ਦੇ ਉੱਤੇ ਚਰਚਾ ਕਰਾਂਗੇ ਕਿਹੜੇ ਬੰਦੇ ਸੀ ਕਿਹੜੀ ਸਰਕਾਰ ਦੇ ਬੰਦੇ ਸੀ ਜਿਨ੍ਹਾਂ ਨੇ ਨikhil Gupta ਨੂੰ ਹਾਇਰ ਕੀਤਾ ਕਿ ਤੁਸੀਂ ਬੰਦੇ ਮਾਰਨੇ ਆ ਸਾਡੇ ਲਈ ਤੇ Nikhil Gupta ਕੀ ਹੈ ਡਰੱਗ ਡੀਲਰ ਹੈ ਆਰਮਸ ਸਮਗਲਰ ਹੈ ਇੰਡੀਅਨ ਸਰਕਾਰ ਦੇ ਏਜੰਟ ਤੇ ਸਰਕਾਰ ਮੰਨ ਲਈ ਗਈ ਹਾਂ ਸਾਡੇ ਅਫਸਰ ਸੀ ਕੈਨੇਡਾ ਦੇ ਸਾਬਕਾ ਸੀਸਸ ਦੇ ਮੁਖੀ ਨੇ ਸਪਸ਼ਟ ਕੀਤਾ ਹੈ ਉਹ ਕਹਿੰਦੇ ਜੀ ਮੈਂ 100% ਪੱਥਰ ਤੇ ਲਕੀਰ ਵਾ ਕੇ ਤੁਹਾਨੂੰ ਦੱਸ ਦਿੰਦਾ ਕਿ ਮੋਦੀ ਦੀ ਹੁਕਮ ਤੋਂ ਬਗੈਰ ਇਹ ਕਹਿਣਾ ਹੈ ਗ੍ਰੈਗਰੀ ਸਟੈਂਟਨ ਦਾ ਮੋਦੀ ਦੇ ਹੁਕਮ ਤੋਂ ਬਗੈਰ ਜਾਂ ਉਹਦੇ ਇਲਮ ਚ ਨਾ ਹੋਵੇ ਇਹ ਝੂਠ ਹੋਊਗਾ ਕਿ ਗੁਰਪਤਮ ਸਿੰਘ ਪੰਨੂ ਨੂੰ ਨਿਜਰ ਨੂੰ ਤੇ ਹੋਰ ਆਗੂਆਂ ਨੂੰ ਮਾਰੋ ਐਨਐਸਏ ਨੂੰ ਨਾ ਬਤਾਵੇ ਜੀ ਡੋਵਲ ਦੇ ਹੁਕਮ ਤੋਂ ਬਗੈਰ ਇਹ ਨਹੀਂ ਹੋ ਸਕਦਾ ਇਹ ਸਟੈਂਟਨ ਹੁਣਾ ਦਾ ਕਹਿਣਾ ਹੈ ਸੀਐਸਐਸ ਦੇ ਸਾਬਕਾ ਮੁਖੀ 20 ਸਾਲ ਸਰਵਿਸ ਕੀਤੀ ਉਹਨਾਂ ਨੇ ਅਜਿਹਾ ਮੁਖੀ ਸੋ ਅਮਰੀਕੀ ਐਮਬੈਸਡਰ ਨੇ ਬੜੇ ਆਰਾਮ ਦੇ ਨਾਲ ਉਸ ਪੱਤਰਕਾਰ ਨੂੰ ਦੱਸਤਾ ਕਿ ਸਾਨੂੰ ਸਾਰੀਆਂ ਕਰਤੂਤਾਂ ਵੀ ਪਤਾ ਹੈ ਤੁਹਾਡੇ ਕੰਮ ਵੀ ਪਤਾ ਹੈ ਕੀ ਕਰਦੇ ਹੋ ਤੇ ਇਨੂੰ ਕਾਨੂੰਨ ਤੋੜਨਾ ਕਹਿੰਦੇ ਆ ਕਿ ਬੰਦੇ ਹਾਰ ਕਰਕੇ ਬੰਦੇ ਮਰਵਾਉਣ ਦੀ ਕੋਸ਼ਿਸ਼ ਕਰਨਾ ਕਾਤਲ ਪਾੜੇ ਦੇ ਡਰੱਗ ਡੀਲਰਾਂ ਨੂੰ ਪੈਸੇ ਦੇਣੇ ਤੇ ਰੀਸੈਂਟਲੀ ਜਿਹੜੇ ਦੋ ਤੱਥ ਮੈਂ ਤੁਹਾਨੂੰ ਜ਼ਰੂਰ ਯਾਦ ਕਰਵਾਉਣਾ ਚਾਹੁੰਦਾ 36 ਸਿੰਘਪੁਰਾ ਯਾਦ ਕਰੋ 36 ਸਿੰਘਪੁਰਾ ਦੇ ਵਿੱਚ ਸਿੱਖਾਂ ਦੀ ਕਤਲੋਗਾਰਧ ਕੀਤੀ ਗਈ ਸੀ ਜੰਮੂ ਕਸ਼ਮੀਰ ਤੇ ਭਾਜਪੀ ਦੀ ਸਰਕਾਰ ਸੀ ਕਲਿੰਟਨ ਹੁਣੀ ਆ ਰਿਹਾ ਸੀ ਇੱਥੇ ਦੌਰੇ ਦੇ ਉੱਤੇ ਭਾਰਤੀ ਦੌਰੇ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਤੇ ਸਿੱਖਾਂ ਨੂੰ ਕੱਢ ਕੇ ਮਾਰਿਆ ਗਿਆ ਸੀ ਤੇ ਨਾਂ ਲਾਇਆ ਗਿਆ ਕਿ ਕਸ਼ਮੀਰੀ ਮਿਲੀਟੈਂਟ ਆਏ ਉਹਨਾਂ ਨੇ ਸਿੱਖਾਂ ਦੀ ਕਤਲੋਗਾਰਧ ਕੀਤੀ ਘਰਾਂ ਦੇ ਘਰ ਖਾਲੀ ਕਰ ਦਿੱਤੇ 30 ਤੋਂ ਉੱਪਰ ਸਿੱਖਾਂ ਦੀ ਕਤਲੋਗਾਰਧ ਹੋਈ ਸੀ ਨੌਜਵਾਨਾਂ ਨੂੰ ਕੱਢ ਲਿਆ ਗਿਆ ਔਰਤਾਂ ਨੂੰ ਅਲੱਗ ਕਰਕੇ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅਗਲੇ ਦਿਨ ਹੀ ਮਿਲੀਟੈਂਟਾਂ ਨੇ ਜਿਹੜੇ ਉਹਨਾਂ ਦੇ ਰਿਸੋਰਸਸ ਸੀ ਉਹਨਾਂ ਥਾਣੀ ਦੁਨੀਆ ਭਰ ਦੀਆਂ ਅਖਬਾਰਾਂ 'ਚ ਭੇਜਿਆ ਕਿ ਇਹ ਕੰਮ ਸਾਡਾ ਨਹੀਂ ਹੈ ਪਾਰ ਦੀ ਸਰਕਾਰ ਨੇ ਖੂਬ ਪ੍ਰਚਾਰਿਆ ਦੇਖੋ ਜੀ ਮੁਸਲਮਾਨ ਅਤਵਾਦੀਆਂ ਨੇ ਸਿੱਖਾਂ ਦੀ ਕਤਲੋਗਾਰਧ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਦੇ ਆਉਣ ਦੇ ਉੱਤੇ ਬਿਲ ਕਲਿੰਟਨ ਦੀ ਇੱਕ ਜਿਹੜੇ ਨਾਲ ਸੈਕਟਰੀ ਆਫ ਸਟੇਟ ਸੀ ਉਹਨਾਂ ਨੇ ਕਿਤਾਬ ਲਿਖੀ ਤੇ ਜਿਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਇਹ ਕੰਮ ਸਰਕਾਰੀ ਏਜੰਟਾਂ ਦਾ ਸੀ ਨਾ ਕਿ ਮਿਲੀਟੈਂਟਾਂ ਦਾ ਸੀ ਤਾਂ ਜੋ ਅਮਰੀਕੀ ਸਰਕਾਰ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਇਹ ਨੰਬਰ ਤੱਤ 1 ਭਾਜਪਾ ਦੀ ਸਰਕਾਰ ਸੀ ਜਦੋਂ ਤਾਲੀਬਾਨਾਂ ਨੇ ਟੇਕਓਵਰ ਕਰਨਾ ਸ਼ੁਰੂ ਕੀਤਾ ਅਮਰੀਕੀਆਂ ਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ ਸੀ ਸਮਝੌਤਾ ਹੋ ਚੁੱਕਾ ਸੀ ਉਸ ਵਿੱਚ ਆਈਸੀਐਸ ਦੇਖੋ ਤਾਲੀਬਾਨਾਂ ਦਾ ਰਾਜ ਹੈ ਆਈਸੀਐਸ ਕਿਤੇ ਨੇੜੇ ਤੇੜੇ ਨਹੀਂ ਆਫਗਾਨਿਸਤਾਨ ਦੇ ਵਿੱਚ ਪਤਾ ਨਹੀਂ ਆਈਸੀਐਸ ਕਿੱਥੋਂ ਪ੍ਰਗਟ ਹੋਈ ਆਈਸੀਐਸ ਨੇ ਜਾ ਕੇ ਗੁਰਦੁਆਰਾ ਗੁਰੂ ਹਰ राय ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਬੇਦੋਸ਼ ਨਿਰਦੋਸ਼ ਸਿੱਖਾਂ ਦੀ ਕਤਲੋਗਾਰਦ ਕੀਤੀ ਗਈ ਉਸ ਸਮੇਂ ਤਾਲੀਵਾਲਾ ਨੇ ਕੀ ਬਿਆਨ ਦਿੱਤਾ ਹਲੇ ਤਾਲੀਬਾਨ ਕਾਬਜ ਨਹੀਂ ਸੀ ਤਾਲੀਬਾਨ ਨੇ ਕਿਹਾ ਕਿ ਇੱਕ ਕੰਮ ਸਾਡੇ ਕਿਸੇ ਵੀ ਲੜਾਕੇ ਦਾ ਨਹੀਂ ਹੈ ਨਾ ਅਸੀਂ ਕਿਸੇ ਨੂੰ ਇਹ ਆਰਡਰ ਦਿੰਦਾ ਕਿ ਸਿੱਖਾਂ ਦਾ ਗੁਰਦੁਆਰਾ ਖਤਮ ਕਰ ਦਿਓ ਆਈਸੀਐਸ ਜ਼ਿੰਮੇਵਾਰੀ ਲੈਂਦੀ ਹੈ ਤੇ ਅੱਜ ਕੀ ਸਾਬਤ ਹੋ ਗਿਆ ਅੱਜ ਤੱਥਾਂ ਦੇ ਨਾਲ ਸਾਬਤ ਹੋ ਗਿਆ ਕਿ ਕੇਰਲਾ ਦੇ ਵਿੱਚੋਂ ਇੱਕ ਮੋਡਿਊਲ ਬਣਾਇਆ ਜਾਂਦਾ ਹੈ ਆਈਸੀਐਸ ਦਾ ਉਹ ਆਈਸੀਐਸ ਦੇ ਵਿੱਚ ਜਾਂਦਾ ਤੇ ਉਹ ਅਫਗਾਨਿਸਤਾਨ ਦੇ ਵਿੱਚ ਹੈ ਤੇ ਅਫਗਾਨਿਸਤਾਨ ਦੇ ਵਿੱਚ ਉਹ ਜਾ ਕੇ ਗੋਰਦਵਾਰੇ ਤੇ ਹਮਲਾ ਕਰਵਾ ਰਿਆ ਤੇ ਭਾਰਤ ਦੀ ਸਰਕਾਰ ਉਹਨੂੰ ਵਾਪਸ ਲਿਆ ਰਿਓ ਫੜੇ ਜਾਂਦੇ ਨੇ ਤੇ ਆਈਸੀਐਸ ਉਹਨਾਂ ਨੂੰ ਵਾਪਸ ਲਿਆ ਰਹੀ ਕਿੰਨੇ ਕਰਵਾਇਆ ਇਹ ਫਿਰ ਅੱਜ ਉਹ ਮੁਕਰਦੇ ਨੇ ਉਹ ਕਹਿੰਦੇ ਜੀ 20 ਬੰਦੇ ਸਿੱਖ ਮਾਰੇ ਗਏ ਨੇ ਹੋਰ ਮਾਰੇ ਗਏ ਨੇ ਮਿਲਿਟੈਂਟ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਸਿੱਖ ਆਗੂਆਂ ਦੀ ਹੈ ਜਿਹੜੇ ਖਾਲਸਾ ਦੀ ਮੰਗ ਕਰਦੇ ਨੇ ਉਹ ਕਹਿੰਦੇ ਘਰ ਮੇ ਕੁਸਕੇ ਮਾਰेंगे ਜੇ ਲੋ ਅਤਵਾਦੀ ਦਾ ਟੈਗ ਦੇ ਕੇ ਉਹ ਕਹਿੰਦਾ ਘਰ ਮੇਂ ਕੁਸਕੇ ਮਾਰेंगे ਇਤੋਂ ਸਾਫ ਤੇ ਸਪਸ਼ਟ ਹੋ ਜਾਂਦਾ ਹੈ ਇਹਨਾਂ ਦੇ ਸਾਰੇ ਨੀਤੀ ਬਾਰੇ ਜੀਦਾ ਜ਼ਿਕਰ ਅੰਬੈਸਡਰ ਹੁਣਾ ਨੇ ਕੀਤਾ ਤੇ ਫਿਰ ਉਹਨਾਂ ਨੇ ਨਾ ਉਹ ਹਾਲਾਤ ਦਾ ਵੀ ਜ਼ਿਕਰ ਕੀਤਾ ਕਿ ਤੁਸੀਂ ਹੈਗੇ ਕਿੱਥੇ ਖੜੇ ਆ ਪੱਤਰਕਾਰ ਨੂੰ ਦੱਸਿਆ ਕਿ ਸਾਡਾ ਜਿਹੜਾ ਸਾਊਥਮ ਬਾਰਡਰ ਹੈ ਨਾ ਉੱਤੇ ਸਭ ਤੋਂ ਜ਼ਿਆਦਾ ਡੌਂਕੀਆਂ ਲਾ ਕੇ ਜਿਹੜੇ ਬੰਦੇ ਆਉਂਦੇ ਆ ਨਾ ਉਹ ਤੁਹਾਡੇ ਇੰਡੀਅਨ ਨੇ ਤੁਸੀਂ ਸਾਨੂੰ ਨਾ ਦੱਸੋ ਵੀ ਕੀ ਐ ਕੀ ਨਹੀਂ ਐ ਇਹ ਤੁਹਾਡੇ ਹਾਲਾਤ ਆ ਕਿ ਸਭ ਤੋਂ ਜ਼ਿਆਦਾ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਐ ਨਾ ਉਹ ਤੁਹਾਡੇ ਇੰਡੀਆ ਦੇ ਵਿੱਚੋਂ ਹੋ ਰਹੀ ਐ ਲੋਕ ਉਥੇ ਤਰਲੇ ਲੈਂਦੇ ਨੇ ਅਮਰੀਕਾ 'ਚ ਵੜਨ ਦੇ ਲਈ ਇਹ ਹਾਲਾਤ ਆ ਤੇ ਤੁਸੀਂ ਸਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਕੀ ਡੈਮੋਕ੍ਰੇਸੀ ਹੁੰਦੀ ਐ ਰੂਲ ਆਫ ਲਾਅ ਕੀ ਹੁੰਦਾ ਐ ਪੰਨੂ ਦਾ ਕੀ ਕਰਨਾ ਐ ਖਾਲਿਸਤਾਨ ਦੇ ਬਾਰੇ ਕੀ ਕਰਨਾ ਉਹ ਕਹਿੰਦਾ ਤੁਸੀਂ ਟਕੇ ਰਹੋ ਤੇ ਚੰਗੀ ਗੱਲ ਐ ਹੁਣ ਇਸ ਖਬਰ ਦੇ ਨਾਲ ਕੀ ਦਾ ਸਬੰਧ ਐ ਇੱਕ ਬੰਨੇ ਤਾਂ ਭਾਰਤੀ ਕਹਿੰਦੇ ਨੇ ਜੀ ਤੁਸੀਂ ਅਮਰੀਕਾ ਦੇ ਵਿੱਚ ਖਾਲਸਤਾਨ ਦੀ ਗੱਲ ਕਿਉਂ ਕਰਦੇ ਹੋ ਤੇ ਫਿਰ ਜਿਹੜਾ ਕਾਊਂਟਰ ਸਵਾਲ ਹੁੰਦਾ ਹੈ ਉਹ ਕਹਿੰਦੇ ਜੀ ਜੇ ਏਡੀ ਦੇਸ਼ ਭਗਤੀ ਹੈ ਤੇ ਤੁਸੀਂ ਅਮਰੀਕਾ ਕੀ ਕਰਨ ਆਏ ਹੋ ਜੇ ਤੁਹਾਡਾ ਮਕਸਦ ਪੈਸਾ ਕਮਾਉਣਾ ਹੀ ਸੀ ਜੇ ਏਡੀ ਦੇਸ਼ ਭਗਤੀ ਹੈ ਤੁਸੀਂ ਇੱਥੇ ਹਰ ਹਰ ਮੋਦੀ ਕਰਦੇ ਪਏ ਹੋ ਅਮਰੀਕਾ 'ਚ ਸਾਨੂੰ ਤੁਸੀਂ ਕਹਿੰਦੇ ਹੋ ਵੀ ਖਾਲਸਤਾਨ ਦੀ ਮੰਗ ਕਿਉਂ ਕਰਦੇ ਹੋ ਤੇ ਫਿਰ ਤੁਸੀਂ ਮੋਦੀ ਕੋਲ ਰੋ ਜਾ ਕੇ ਇਹੀ ਗੱਲ ਡੋਨਲਡ 트੍ਰੰਪ ਸਾਬਕਾ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਕਹਿੰਦੇ ਜੇ ਤੁਹਾਨੂੰ ਅਮਰੀਕਾ ਦੇ ਕਾਨੂੰਨ ਪਸੰਦ ਨਹੀਂ ਨੇ ਤੇ ਮੋਸਟ ਵੈਲਕਮ ਹੈ ਤੁਸੀਂ ਜਾਓ ਆਪਣੇ ਮੁਲਕ 'ਚ ਜਾ ਕੇ ਰੋ ਜੇ ਅਮਰੀਕੀ ਕਾਨੂੰਨ ਪਸੰਦ ਨਹੀਂ ਆ ਅਮਰੀਕਾ ਕਹਿੰਦਾ ਕਿ ਇੱਥੇ ਕੋਈ ਮੇਰੇ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ ਤੇ ਮੈਂ ਉਹਦੇ ਉੱਤੇ ਮੁਕੱਦਮਾ ਕਰੂੰਗਾ ਉਹਨੂੰ ਸਜ਼ਾਵਾ ਦਵਾਂਗਾ ਇੱਥੇ ਬੋਲਣ ਦੀ ਆਜ਼ਾਦੀ ਹੈ ਜੇ ਤੁਸੀਂ ਕਹਿੰਦੇ ਹੋ ਜੀ ਅਸੀਂ ਖਾਲਸਤਾਨੀਆਂ ਨੂੰ ਬੋਲਣ ਨਹੀਂ ਦੇਣਾ ਇਹਨਾਂ ਦੀ ਆਵਾਜ਼ ਬੰਦ ਕਰ ਦਿਓ ਤੇ ਫਿਰ ਕਹਿੰਦੇ ਜੀ ਤੁਹਾਡੇ ਲਈ ਦੇਸ਼ ਨਹੀਂ ਬਣਿਆ ਤੁਸੀਂ ਆਜ਼ਾਦ ਮੁਲਕ ਚ ਰਹਿਣ ਯੋਗ ਨਹੀਂ ਬਣੇ ਗੁਲਾਮਾਂ ਵਾਲੇ ਮੁਲਕ ਚ ਜਾ ਕੇ ਰਭੋ ਪ੍ਰੈਸ ਖਬਰ ਦੇ ਨਾਲ ਕੀ ਹੋਣਾ ਹੈਗਾ ਦੇਖੋ ਇਹ ਖਬਰ ਇਹ ਕਹਿੰਦੀ ਹੈ ਕਿ ਏਜ ਕੋਈ ਮੈਟਰ ਨਹੀਂ ਹੈ ਇਹ ਦਾਈ ਬਾਈ ਹੈਗੀ ਹੈ ਜੀ ਨਾਂ ਤੋਂ ਪਤਾ ਲੱਗਦਾ ਕਿ ਗੁਜਰਾਤੀ ਮੂਲ ਦੇ ਭਾਰਤੀ ਨੇ ਦਾਈ ਬਾਈ ਬੀਬੀ ਉਨੇ 99 ਸਾਲ ਦੀ ਨੇ ਅਮਰੀਕਨ ਸਿਟੀਜ਼ਨਸ਼ਿਪ ਲਈ ਇੱਥੇ 6 ਮਹੀਨਿਆਂ ਦਾ ਜੰਮਿਆ ਬੱਚੇ ਨੂੰ ਵੀ ਉਹ ਕਹਿੰਦੇ ਜੇ ਅਮਰੀਕੀ ਸਿਟੀਜ਼ਨ ਮਿਲ ਜਵੇ ਤੇ ਇੱਥੇ 99 ਸਾਲ ਦੇ ਭਾਰਤੀ ਦਾਈ ਬਾਈ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਕੱਢ ਲਈ ਹੋਈ ਹੈ ਉਹ ਵੀ ਕਹਿੰਦੇ ਜੇ ਅਸੀਂ ਅਮਰੀਕਾ ਦੀ ਨਾਗਰਿਕਤਾ ਲੈਣੀ ਇਹ ਹਾਲਾਤ ਐਕਚੁਅਲ ਦੇ ਵਿੱਚ ਨੇ ਕਿ ਕੋਈ ਵੀ ਬੰਦਾ ਇਸ ਮੁਲਕ ਨੂੰ ਛੱਡ ਕੇ ਵਾਪਸ ਸੁਪਰ ਪਾਵਰ 'ਚ ਜਾ ਕੇ ਰਹਿਣ ਲਈ ਤਿਆਰ ਨਹੀਂ ਆ ਚੰਨ ਦੇ ਉੱਤੇ ਜਾ ਕੇ ਰਹਿਣ ਲਈ ਤਿਆਰ ਨਹੀਂ ਆ ਉਹ ਕਹਿੰਦੇ ਜੀ ਘਰ ਘਰ ਜਿੱਥੇ ਕਿਤੇ ਸਫਾਈ ਹੋਵੇ ਉੱਥੇ ਜਾ ਕੇ ਰਹਿਣ ਦੇ ਲਈ ਤਿਆਰ ਨਹੀਂ ਅਸਲ ਦੇ ਵਿੱਚ ਇਹ ਹਾਲਾਤ ਹੈ ਕਿ 99 99 ਸਾਲਾਂ ਦੇ ਬਜ਼ੁਰਗ ਵੀ ਜਿਹੜੇ ਆ ਉਹ ਕਹਿੰਦੇ ਜੀ ਪਾਸਪੋਰਟ ਮੋੜ ਦਿਓ ਭਾਰਤੀਆਂ ਦਾ ਪਾਸ ਛੇਤੀ ਤੋਂ ਛੇਤੀ ਪਾਸਪਾਸ ਮੋੜ ਕੇ ਤਾਂ ਅਮਰੀਕਾ ਦਾ ਲੈਣਾ 99 ਸਾਲਾਂ ਦੀ ਦਾਈ ਬਾਈ ਗੁਜਰਾਤ ਮੂਲ ਦੀ ਬੀਬੀ ਵੀ ਕਹਿੰਦੀ ਮੈਨੂੰ ਭਾਰਤੀ ਪਾਸਪੋਰਟ ਨਹੀਂ ਚਾਹੀਦਾ ਅਮਰੀਕਾ ਦਾ ਲੈਣਾ ਤੇ ਸਿਟੀਜ਼ਨਸ਼ਿਪ ਲਈ ਅਮਰੀਕਾ ਲੈ ਕੇ ਕਹਿੰਦੇ ਠੀਕ ਹੈ ਜੀ ਲੈ ਲਓ ਜੇ ਤੁਸੀਂ ਲੈਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਰੱਖ ਲੈਨੇ ਆ ਪਰ ਜੇ ਤੁਹਾਨੂੰ ਸਾਡੇ ਕਾਨੂੰਨ ਪਸੰਦ ਨਹੀਂ ਨੇ ਤੇ ਤੁਸੀਂ ਭਾਈ ਫਿਰ 15-15 ਲੱਖ ਤੁਹਾਡੇ ਜੇ ਖਾਤਿਆਂ 'ਚ ਪੈਣਗੇ ਤੁਸੀਂ ਰਾਮ ਮੰਦਰ ਤੁਹਾਡਾ ਬਣਾਤਾ ਸੋਨੇ ਦੀ ਲੰਕਾ ਤੁਹਾਨੂੰ ਲਿਆ ਦਿੱਤੀ ਉੱਥੇ ਹੀ ਤੁਹਾਨੂੰ ਸੜਕਾਂ ਪਾ ਦਿੱਤੀਆਂ ਮੋਰ ਬਣਾ ਦਿੱਤੇ ਉਹ ਕਹਿੰਦੇ ਤਰੱਕੀ ਬੜੀ ਹੋ ਗਈ ਤਰੱਕੀ 'ਚ ਜਾ ਕੇ ਰਵੋ ਸੋ ਅਸਲੀਅਤ ਇਹ ਹੈ ਕਿ ਹਾਲਾਤ ਉਹਨਾਂ ਦੇ ਇਹ ਨੇ ਕਿ ਉਥੇ ਰਹਿਣ ਦੇ ਲਈ ਕੋਈ ਵੀ ਤਿਆਰ ਜਿਹੜਾ ਉਹ ਨਹੀਂ ਹੈਗਾ ਖੈਰ ਚਲੋ ਜੀ ਆਪਾਂ ਅਗਲੀਆਂ ਖਬਰਾਂ ਦੇ ਉੱਤੇ ਜਾਂਦੇ ਹਾਂ ਡਾਈ ਬਾਈ ਬੀ ਨੂੰ ਮੁਬਾਰਕ ਹੈ ਜੀ ਉਹਨੇ ਇੰਡੀਆ ਦਾ ਪਾਸਪੋਰਟ ਛੱਡ ਕੇ ਅਮਰੀਕੀ ਪਾਸਪੋਰਟ ਬਾਜ ਵਾਲਾ ਕਣਕ ਦੀਆਂ ਛੱਲੀਆਂ ਵਾਲਾ ਤੇ ਤੀਰਾਂ ਵਾਲਾ ਪਾਸਪੋਰਟ ਜਿਹੜਾ ਲੈ ਲਿਆ ਆ ਸੋ ਇਹ ਅਸਲੀਅਤ ਦੀ ਗਵਾਹੀ ਕਰਦਾ ਹੈ ਕਿ ਲੋਕ ਕਿੱਥੇ ਰਹਿਣਾ ਚਾਹੁੰਦੇ ਨੇ ਤੇ ਕਿਹੜੇ ਮੁਲਕ ਨੂੰ ਉਹ ਮੰਨਦੇ ਨੇ ਸੁਪਰ ਪਾਵਰ ਸੋ ਅਗਲੀਆਂ ਖਬਰਾਂ ਦੇ ਉੱਤੇ ਆਉਂਦੇ ਆ ਜੀ ਆ ਬਹੁਤ ਰਾਜਨੀਤਿਕ ਖਬਰ ਚਰਚਾ ਦੇ ਵਿੱਚ ਬਣੀ ਹੋਈ ਹੈ ਲਾਲਾ ਜੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਸੁਪਨਾ ਲੈ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਵੀ ਕਹਿੰਦੇ ਤਿਆਰੀ ਕਰਦੇ ਪਏ ਸੀ ਉਹਨਾਂ ਬਾਬਤ ਖਬਰ ਲੱਗੀ ਹੈ ਕਿ ਪਹਿਲੇ ਦਿਨ ਜਿਹੜਾ ਉਹਨਾਂ ਦਾ ਨੰਗਿਆ ਸੀ 4 ਕਿਲੋ ਭਾਰ ਘਟ ਗਿਆ ਉਹਨਾਂ ਦਾ ਉਹਨਾਂ ਨੂੰ ਬਹੁਤ ਤਕਲੀਫ ਹੋਈ ਜੇਲ੍ਹ ਦੇ ਵਿੱਚ ਤੇ ਜੇਲ੍ਹ ਦੇ ਵਿੱਚ ਉਹ ਕਹਿੰਦੇ ਜੀ ਉਹਨਾਂ ਨੂੰ ਨੀਂਦ ਨਹੀਂ ਆਈ ਨੀਂਦ ਨਾ ਆਉਣ ਦਾ ਕਾਰਨ ਚਿੰਤਾ ਵੀ ਹੋ ਸਕਦੀ ਹੈ ਕਿ ਕੀ ਬਣੂ ਮੇਰੇ ਕੇਸ ਦਾ ਸਤਿੰਦਰ ਜੈਨ ਤਹਲੇ ਤੱਕ ਨਹੀਂ ਛੁੱਟਿਆ 6 ਮਹੀਨਿਆਂ ਬਾਅਦ ਮਸੀ ਜਾ ਕੇ ਇੱਕ ਮੰਤਰੀ ਦੀ ਜ਼ਮਾਨਤ ਹੋਈ ਹੈ ਮਨੀਸ਼ ਸ਼ਿਸ਼ੋਧਿਆ ਨੂੰ ਫੜੇ ਨੂੰ 2 ਸਾਲ ਹੋ ਚੱਲੇ ਨੇ ਉਹ ਨਹੀਂ ਛੁੱਟਿਆ ਮੇਰਾ ਕੀ ਬਣੂਗਾ ਮੈਂ ਛੁੱਟੂਗਾ ਨਹੀਂ ਛੁੱਟੂਗਾ ਜੇਲ੍ਹ ਚੋਂ ਸਰਕਾਰ ਚਲਾਉਂਗਾ ਕਿੰਦਾ ਚਲਾਉਂਗਾ ਲੋਕ ਕੀ ਕਹਿਣਗੇ ਹੁਣ ਲੋਕ ਕਹਿੰਗੇ ਤਾਂ ਤੂੰ ਦਾਵਾ ਕਰਦਾ ਸੀ ਤੂੰ ਪ੍ਰਭਾਵਿਤ ਕਰ ਸਕਦਾ ਹੈ ਆਪਾਂ ਵੀਡੀਓ ਵੀ ਚਲਾਵਾਗੇ ਹੋਗੇ ਅਰਵਿੰਦ ਕੇਜਰੀਵਾਲ ਦੀ ਆਪਣੀ ਕੀ ਕਹਿੰਦਾ ਸੀ ਕਿ ਜੇ ਕਿਸੇ ਮੰਤਰੀ ਸੰਤਰੀ ਮੁੱਖ ਮੰਤਰੀ ਦੇ ਉੱਤੇ ਮੁਕੱਦਮਾ ਹੈ ਤੇ ਉਹਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਉਹ ਪ੍ਰਭਾਵਿਤ ਕਰ ਸਕਦਾ ਹੁਣ ਇਹ ਮੁੱਖ ਮੰਤਰੀ ਇਹ ਪ੍ਰਭਾਵਿਤ ਕਰ ਸਕਦਾ ਹੈ ਨੌ ਨੌ ਸੰਮਾਨੇ ਇਸ ਮੁੱਖ ਮੰਤਰੀ ਨੂੰ ਐਸੀ ਜਵਾਬ ਕਿਉਂ ਨਹੀਂ ਦਿੰਦਾ ਸੀ ਸੋ ਕਹਿੰਦੇ ਜੀ ਜਿਹੜਾ ਇਹ ਪੱਤਰਕਾਰ ਨੇ ਲਿਖਿਆ ਆ ਉਹ ਕਹਿੰਦਾ ਜੀ ਵੀ ਮੱਛਰ ਲੜਦਾ ਰਿਹਾ ਰਾਤ ਉਹਨਾਂ ਦੇ ਮੱਛਰ ਮਾਰਦੇ ਰਹੇ ਇਸ ਕਰਨਾ ਨੂੰ ਨੀਂਦ ਨਹੀਂ ਆਈ ਪਰ ਸਾਨੂੰ ਨਹੀਂ ਲੱਗਦਾ ਕਿ ਮੱਛਰਾਂ ਦਾ ਕੋਈ ਰੋਲਾ ਸੀ ਚਿੰਤਾ ਜਿਹੜੀ ਆ ਉਹ ਪਹਿਲੀ ਕਾਰਨ ਹੁੰਦੀ ਆ ਬੰਦੇ ਦੀ ਨੀਂਦ ਨਾ ਆਉਂਦਾ ਪਰ ਕਹਿੰਦੇ ਜੀ ਫਿਰ ਉਹਨਾਂ ਨੇ ਕਿਹਾ ਜੀ ਮੱਛਰ ਲੜਦਾ ਮੈਨੂੰ ਨੀਂਦ ਨਹੀਂ ਆਉਂਦੀ ਤੇ ਜੇਲ੍ਹ ਅਧਿਕਾਰੀਆਂ ਨੇ ਫਿਰ ਉਹਨਾਂ ਨੂੰ ਮੱਛਰਦਾਨੀ ਦੇ ਦਿੱਤੀ ਕਹਿੰਦੇ ਜੀ ਆ ਲਓ ਮੱਛਰਦਾਨੀ ਲਾ ਲਓ ਐਵੇਂ ਨਾ ਸਮਝੋ ਕਿ ਜਿਸ ਤਰ੍ਹਾਂ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਜਿਸ ਧਿਆਣ ਦੀ ਬੈਰਕ ਚ ਰੱਖਿਆ ਜਾਂਦਾ ਜਿਸ ਚੱਕੀ ਚ ਰੱਖਿਆ ਜਾਂਦਾ ਜਾਂ ਚੰਦੀਗੜ੍ਹ ਦੀਆਂ ਜੇਲਾਂ 'ਚ ਸਿੱਖ ਕੈਦੀਆਂ ਨੂੰ ਪੱਕੇ ਥੜਿਆਂ ਦੇ ਉੱਤੇ ਇੱਕ ਦਰੀ ਦੇ ਦਿੱਤੀ ਜਾਂਦੀ ਹੈ ਤੇ ਖਾਣ ਨੂੰ ਦਾਲਾਂ ਦਿੱਤੀਆਂ ਜਾਂਦੀਆਂ ਇੰਦਾਦਾਰ ਕੋਈ ਰੋਲਾ ਨਹੀਂ ਹੈ ਫਰਸਟ ਕਲਾਸ ਜੇਲ੍ਹ ਦੇ ਵਿੱਚ ਰੱਖਿਆ ਗਿਆ ਕੇਜਰੀਵਾਲ ਨੂੰ ਉੱਥੇ ਉਹਨੂੰ ਸੌਫਟ ਬੈੱਡ ਦਿੱਤਾ ਗਿਆ ਹੈ ਪਿੱਲੋ ਦਿੱਤਾ ਗਿਆ ਹੈ ਟੀਵੀ ਦਿੱਤਾ ਗਿਆ ਹੈ ਵੈਸਟਰਨ ਸਟਾਈਲ ਟਾਇਲਟ ਹੈਗੀ ਹੈ ਜੀ ਉਹ ਯੋਗਾ ਕਰਦਾ ਆ ਮੈਡੀਟੇਸ਼ਨ ਕਰਦਾ ਆ ਫਿਰ ਉਸ ਰੋਟੀ ਪਾਣੀ ਵੀ ਆਉਂਦਾ ਕਿਤਾਬਾਂ ਵੀ ਆਉਂਦੀਆਂ ਨਿਊਜ਼ਪੇਪਰ ਵੀ ਆਉਂਦਾ ਸਾਰਾ ਕੁਝ ਮਿਲਦਾ ਹੈ ਜੀਏ ਦੇ ਵਿੱਚ ਦੂਸਰੇ ਬੰਨੇ ਸੇਖ ਕੈਦੀਆਂ ਦੇ ਨਾਲ ਜੋ ਹਾਲਾਤ ਹੁੰਦੇ ਨੇ ਤੁਸੀਂ ਸੁਣ ਕੇ ਦੰਗ ਰਹੇ ਜਾਓਗੇ 8 ਸਾਲ ਹੋ ਚੱਲੇ ਨੇ 8x8 ਦੀ ਚੱਕੀ ਦੇ ਵਿੱਚ ਉਹਨਾਂ ਸੰਗਾਂ ਨੂੰ ਜਿਨ੍ਹਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਹੋਈਆਂ ਨੇ ਚਾਰ-ਚਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਦਵਿੰਦਰਪਾਲ ਸਿੰਘ ਪੁੱਲਰ ਦੇ ਹਾਲਾਤ ਇਸੇ ਹੀ ਮੁੱਖ ਮੰਤਰੀ ਦੇ ਸੈਨਾ ਸਤੰਦਰ ਜੈਨ ਦੇ ਸੈਨਾ ਕਾਰਨ ਉਹਨਾਂ ਦੀ ਰਿਹਾਈ ਰੁਕੀ ਰਹੀ ਤੇ 9 ਸਾਲ ਹੋ ਚਲੇ ਨੇ ਉਹਨਾਂ ਦੀ ਰਿਹਾਈ ਹੋ ਸਕਦੀ ਸੀ ਪਹਿਲਾਂ ਹੀ ਅੱਜ ਵੀ ਰੁਕੀ ਹੋਈ ਹੈ ਉਸੇ ਜੇਲ੍ਹਾਂ ਚ ਪੁੱਛੇ ਨੇ ਪਰ ਇਹਨਾਂ ਦੇ ਜੇਲ੍ਹਾਂ ਦੇ ਕਮਰੇ ਤੇ ਸਿੱਖ ਕੈਦੀਆਂ ਦੇ ਕਮਰੇ ਜਿਹੜੇ ਆ ਉਹ ਅਲੱਗ-ਅਲੱਗ ਨੇ ਸੋ ਆਪਾਂ ਉਹ ਗੱਲਬਾਤ ਸੁਣ ਲੈਣੇ ਆ ਅਰਵਿੰਦ ਕੇਜਰੀਵਾਲ ਹੋਣਾ ਨੇ ਕੀ ਕਿਹਾ ਆਪਣੇ ਮੁਹਈ आज जो ना दी की एक आदमी पद पे रह के किसी भी इन्वेस्टिगेशन को इन्फ्लुएंस कर सकता है वहाँ पे ये नेचुरल होता है कि सबसे पहले उसको अपने पद से इस्तीफा देना चाहिए दोबारा सुन लेने जी एक आदमी पद पे रह के किसी भी इन्वेस्टिगेशन को इन्फ्लुएंस कर सकता है वहाँ पे ये नेचुरल होता है कि सबसे पहले उसको अपने पद से इस्तीफा देना चाहिए जी ਉਹ ਕਹਿੰਦੇ ਜੀ ਜੇ ਕਿਸੇ ਬੰਦੇ ਉੱਤੇ ਦੋਸ਼ ਲੱਗਦਾ ਹੈ ਨਾ ਇਹ ਨਵੇਂ-ਨਵੇਂ ਬਣੇ ਹੋਏ ਉਹ ਦੋ ਮੁੱਖ ਮੰਤਰੀ ਦੀ ਪਹਿਲੀ ਵਾਰੀ ਦੀ ਟਰਮਾਂ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜੇ ਜਿਹੜੇ ਬੰਦੇ ਦੇ ਉੱਤੇ ਦੋਸ਼ ਲੱਗ ਜਵੇ ਨਾ ਵੀ ਇਹਨੇ ਕਰਪਸ਼ਨ ਕੀਤੀ ਹੈ ਤੇ ਜੇ ਉਹ ਬਹੁਤ ਵੱਡੇ ਅਹੁਦੇ ਦੇ ਉੱਤੇ ਆ ਤੇ ਉਹਦੇ ਕੋਲ ਸਾਰ ਰਿਸੋਰਸਸ ਨੇ ਕਿ ਉਹ ਜਿਹੜੀ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਮੇਡੀਅਨ ਜਿਹੜੇ ਰਹੇ ਨੇ ਉਹਨਾਂ ਨੇ ਇਹੀ ਜਦੋਂ ਵਿਜੀਲੈਂਸ ਬਿਊਰੋ ਦੇ ਛਾਪੇ ਪੈਂਦੇ ਹਨ ਦੂਸਰੀਆਂ ਪਾਰਟੀਆਂ ਤੇ ਤੇ ਉਹ ਜਮਾਨਤ ਜਦੋਂ ਰਾਤ ਕਰਾਉਣੀ ਹੁੰਦੀ ਹੈ ਚਾਹੇ ਉਹ ਖੈਰੇਜੀ ਹੋਵੇ ਜਾਂ ਹੋਰ ਜਿੰਨੇ ਪੋਲੀਟੀਸ਼ੀਅਨ ਹਨ ਤੇ ਉਹ ਇਹੀ ਕਹਿੰਦੇ ਨੇ ਜਿਸ ਪੋਲੀਟੀਸ਼ੀਅਨ ਨੂੰ ਤੁਹਾਨੂੰ ਯਾਦ ਹੋਣਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਹਰਾ ਕੇ ਇੱਕ ਪੋਲੀਟੀਸ਼ੀਅਨ ਨੇ ਸਿੰਗਲੇ ਨੇ ਪੱਟ ਤੇ ਥਾਪੀ ਮਾਰੀ ਸੀ ਡਾਕਟਰ ਸਿੰਗਲਾ ਉਹਦੇ ਉੱਤੇ ਦੋਸ਼ ਲੱਗੇ ਕਿ ਇਹ ਕਮਿਸ਼ਨ ਮੰਗਦਾ ਹੈ ਭਗਵੰਤ ਮਾਨ ਦੇ ਗੱਲ ਗਈ ਪੱਤਰਕਾਰ ਨੇ ਪੁੱਛਿਆ ਤੁਹਾਡਾ ਬੰਦਾ ਕਮਿਸ਼ਨ ਮੰਗਦਾ ਉਹ ਕਹਿੰਦਾ ਜੀ ਅਸੀਂ ਤੇ ਹਟਾ ਤਾ ਨੂੰ ਬਸ ਸਸਪੈਂਡ ਆ ਖਤਮ ਕਹਾਣੀ ਉਹਦੀ ਕਰਪਸ਼ਨ ਖਤਮ ਜ਼ੀਰੋ ਕਰਪਸ਼ਨ ਅੱਜ ਜੋ ਬੰਦਾ ਇਹਦੇ ਨਾਲ ਬੈਠਾ ਦਾ ਮੀਟਿੰਗਾਂ 'ਚ ਹੁਣ ਕਰਪਸ਼ਨ ਵਾਲਾ ਨਾਲ ਬਿਠਾਇਆ ਹੋਇਆ ਲੋਕੋ ਤੁਹਾਨੂੰ ਕਿਉਂ ਨਹੀਂ ਦਿਖਾਈ ਦਿੰਦਾ ਕਿੱਥੇ ਆ ਤੁਹਾਡੀ ਸੋਚ ਅਜਲੰਦਰ ਤੋਂ ਜਿਨ੍ਹਾਂ ਨੂੰ ਸੀਟਾਂ ਦਿੱਤੀਆਂ ਸੀ ਕਹਿੰਦੇ ਕਰਪਸ਼ਨ ਜ਼ੀਰੋ ਉਹ ਭਾਜਪੀ 'ਚ ਚਲੇ ਗਏ ਜਿਨ੍ਹਾਂ ਨੂੰ ਸੀਟਾਂ ਦੇ ਦੇ ਕੇ ਜਿਤਾਇਆ ਰੋਪੜ ਵਾਲੇ ਕਿੱਥੇ ਗਏ ਉਹ ਭਾਜੀਪੀ ਚ ਕਾਂਗਰਸ ਚ ਤੇ ਕਾਂਗਰਸ ਵਾਲੇ ਕਿਹੜੇ ਦੁੱਧ ਜਿਤਵਾ ਕੇ ਇਹਨਾਂ ਨੇ ਆਪਣੇ ਚ ਸ਼ਾਮਲ ਕੀਤੇ ਯਾਦ ਕਰਾਉਣੀ ਇਕਲੀ ਇਕਲੀ ਗੱਲ ਤੁਹਾਨੂੰ ਤੁਹਾਡੇ ਹਾਲਾਤ ਕਿੱਥੇ ਆ ਤੁਸੀਂ ਭਾਜੀਪੀ ਨੂੰ ਵੋਟਾਂ ਪਾ ਲਓ ਅਕਾਲੀਆਂ ਨੂੰ ਪਾ ਲਓ ਝਾੜੂ ਵਾਲਿਆਂ ਨੂੰ ਪਾ ਲਓ ਹਾਥੀਆ ਵਾਲਿਆਂ ਨੂੰ ਪਾ ਲਓ ਬਾਲਟੀ ਵਾਲਿਆਂ ਨੂੰ ਪਾ ਲਓ ਡੰਡੇ ਵਾਲਿਆਂ ਨੂੰ ਪਾ ਲਓ ਗੱਡੇ ਵਾਲਿਆਂ ਨੂੰ ਪਾ ਲਓ ਕੋੜੇ ਵਾਲਿਆਂ ਨੂੰ ਪਾ ਲਓ ਜਿੰਨੂੰ ਮਰਜ਼ੀ ਪਈ ਚਲੋ ਬਤਾਉਂ ਵਾਲਿਆਂ ਨੂੰ ਪਾ ਲਓ ਪਰੀਖਿਅਲੇ ਨੂੰ ਪਾਲੋ ਤੁਹਾਡਾ ਬਚਾਓ ਨਹੀਂ ਹੈ ਕਿਉਂਕਿ ਉਸੇ ਸਿਸਟਮ ਚੋਂ ਜਿੱਤੋਂ ਆਪਾਂ ਗੱਲ ਆ ਕੀ ਸ਼ੁਰੂ ਕੀਤੀ ਸੀ ਨਾ ਕਿ ਘੋਰਿਆਂ ਨੂੰ ਕੀ ਕਹਿੰਦੇ ਸੀ ਅਸੀਂ ਆਪਣੀ ਅਸਲ ਬਿੱਲ ਨਹੀਂ ਦੱਸ ਸਕਦੇ ਤੁਹਾਡੇ ਚੁਣੇ ਹੋਏ ਬੰਦਿਆਂ ਦੇ ਵਿੱਚੋਂ ਸਾਨੂੰ ਚੁਣਾ ਪੈਂਦਾ ਜਿਹੜਾ ਧੋਖਾ ਹੈ ਸਾਡੇ ਨਾਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਗੱਲ ਲੈ ਕੇ ਆਓ ਵੀ ਇੱਕ ਵਾਰੀ ਵੋਟਾ ਕਰਾਓ ਪੰਜਾਬ ਇੱਕ ਦੇਸ਼ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ yes or no ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਬਾਕੀ ਜੇ 75 ਸਾਲਾਂ ਦੇ ਵਿੱਚ ਬੰਦੇ ਬਦਲਿਆ ਪਾਰਟੀਆਂ ਬਦਲੀਆਂ ਤੁਹਾਡੇ ਆਹੀ ਹਾਲਾਤ ਨੇ ਤੇ ਇਹੀ ਰਹਿਣੇ ਨੇ ਭਾਵੇਂ 100 ਸਾਲ ਲੱਗੇ ਰਿਓ ਇੰਦੇ ਕਰਨ ਤੇ ਉੱਤੇ ਹੁਣ ਇਹ ਤਾਂ ਆਪਣੇ ਮੂੰਹੋਂ ਕਹਿੰਦੇ ਸੀ ਹੁਣ ਮੁੱਕਰ ਗਏ ਨੇ ਸੁਣ ਲਿਆ ਤੁਸੀਂ ਆਪਣੇ ਮੂੰਹੋਂ ਕਹਿੰਦਾ ਸੀਗਾ ਵੀ ਜੇ ਕਿਸੇ ਤੇ ਦੋਸ਼ ਲੱਗਿਆ ਤੇ ਪਹਿਲਾਂ ਅਹੁਦੇ ਤੋਂ ਅਸਤੀਫਾ ਦੇਵੇ ਜੇਲ੍ਹ 'ਚ ਜਾਣ ਦੇ ਬਾਵਜੂਦ ਵੀ ਕਹਿੰਦਾ ਵਾ ਮੁੱਖ ਮੰਤਰੀ ਲੱਗਾ ਰਹਿਣਾ ਮੈਂ ਅਸਤੀਫਾ ਨਹੀਂ ਦੇਣਾ ਕੇਜਰੀਵਾਲ ਅਸਤੀਫਾ ਦੇਣ ਦੇ ਲਈ ਤਿਆਰ ਨਹੀਂ ਵੀ ਜੇ ਤੂੰ ਸੱਚਾ ਸਾਬਤ ਹੋ ਗਿਆ ਆਣ ਕੇ ਵਾਪਸ ਬੈਜੀ ਫਿਰ ਜ਼ਮਾਨਤ ਦੇ ਨਾਲ ਨਹੀਂ ਜੇ ਤੇਰੀ ਜੇ ਤੇ ਦੋਸ਼ ਸਾਬਤ ਨਹੀਂ ਹੋਣਗੇ ਤੇ ਤੁਸੀਂ ਵਾਪਸ ਆਣ ਕੇ ਮੁੱਖ ਮੰਤਰੀ ਲੱਗ ਜਿਓ ਤੇ ਜੇ ਦੋਸ਼ ਸਾਬਤ ਹੋ ਗਏ ਤੇ ਫਿਰ ਦੁਨੀਆ ਨੂੰ ਤੇ ਆਪੇ ਪਤਾ ਲੱਗੀ ਜਾਣਾ ਖੈਰ ਗੱਲਬਾਤ ਉਹਨਿਆ ਤਸਵੀਰ ਤੁਸੀਂ ਲੱਗੀ ਵੇਖ ਰਹੇ ਹੋ ਪਿੱਛੇ ਲਿਖਿਆ ਹੋਇਆ ਹੈ ਕੇਜਰੀਵਾਲ ਨੂੰ ਅਸ਼ੀਰਵਾਦ ਦੇਣਾ ਆ ਸਮੂਹਿਕ ਉਪਵਾਸ ਕਹਿੰਦੇ ਜੀ ਕੀਤਾ ਹੈ ਭਰਤ ਰੱਖਿਆ ਹੈ ਭੋਖੜ ਤਾਲ ਰੱਖੀ ਹੈ ਮੁੱਤਾ ਇਹਨਾਂ ਦਾ ਨਹੀਂ ਹੈ ਸ਼ਕਲਾਂ ਦੇਖੋ ਤੁਸੀਂ ਇੱਥੇ ਜਿਹੜੇ ਬੈਠੇ ਹੋਏ ਬੰਦੇ ਨੇ ਸਭ ਨੂੰ ਅਸਲੀਅਤ ਦਿਖਾਈ ਦਿੰਦੀ ਪਈ ਨੇ ਕਿ ਹੈ ਕੀ ਹਰ ਕੋਈ ਬਚਣਾ ਚਾਹੁੰਦਾ ਇਹ ਕਿਨਾਂ ਦਾ ਮੰਤਰੀ ਆ ਜੀ ਇੱਥੇ ਰਾਜ ਸਭਾ ਮੈਂਬਰ ਲਾਇਆ ਹੋਇਆ ਹੈ ਅੱਜ ਕੱਲ ਉਹ ਯੂਕੇ ਚ ਆ ਜੀ ਯੂਕੇ ਚ ਉਹ ਯੂਕੇ ਦੇ ਐਮਪੀਆ ਨੂੰ ਵੀ ਮਿਲਦਾ ਪਿਆ ਸਿੱਖ ਐਮਪੀ ਵੀ ਹੈਗੇ ਆ ਉਹਨਾਂ ਨੂੰ ਵੀ ਮਿਲਿਆ ਆ ਪਤਾ ਨਹੀਂ ਕੀ ਗਾਰਡਾਂ ਸਾਂਝ ਪਾਈਏ ਕੀ ਕੀ ਐਮਪੀ ਨਹੀਂ ਮਿਲ ਸਕਦੇ ਨਹੀਂ ਜੀ ਅਸੀਂ ਤਾਂ ਇਹ ਨਹੀਂ ਕਹਿ ਰਹੇ ਵੀ ਕਿਸੇ ਨੂੰ ਨਹੀਂ ਮਿਲ ਸਕਦੇ ਪਰ ਖਾਲਸਤਾਨੀ ਪੱਖੀ ਐਮਪੀਆ ਨੂੰ ਕਹਿੰਦੇ ਜੀ ਜਿਨ੍ਹਾਂ ਨੂੰ ਲੱਗਦਾ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਵੀ ਜਿਨ੍ਹਾਂ ਦਾ ਨਾਮ ਲੱਗਦਾ ਕਿ ਖਾਲਸਤਾਨੀ ਪੱਖੀ ਐਮਪੀ ਹੈਗੇ ਨੇ ਅਸਲੀਅਤ ਵਿੱਚ ਹੈ ਨਹੀਂਗੇ ਉਹ ਆਪਣੇ ਮੂੰਹ ਕਹਿੰਦੇ ਕਿ ਇਹ ਰੈਫਰੈਂਡਮ ਤਾਂ ਕੋਈ ਮੁੱਲ ਨਹੀਂ ਹੈਗਾ ਸਿੱਖ ਖਾਲਸਤਾਨ ਦਾ ਰੈਫਰੈਂਡਮ ਜਿਹੜਾ ਕਰਾ ਰਹੇ ਨੇ ਲੋਕ ਸਿੱਖ ਕਰਾ ਰਹੇ ਨੇ ਇਹਦੀ ਵੈਲਿਊ ਹੈ ਨਹੀਂ ਕਿ ਉਹ ਕਹਿੰਦੇ ਲੋਕ ਉਹਨਾਂ ਨੂੰ ਕਿਹਜੰਦੇ ਖਾਲਸਤਾਨੀ ਪੱਖੀ ਐਮਪੀ ਨੇ ਹੈ ਨਹੀਂਗੇ ਉਹ ਕਲੀਅਰ ਕਰ ਲੈਣਾ ਉਹਨਾਂ ਨੂੰ ਆ ਕੇ ਮਿਲਦੇ ਪਏ ਨੇ ਇੱਥੇ ਹੀ ਬਸੀ ਉਹਨੇ ਅੱਖਾਂ ਦਾ ਇਲਾਜ ਹੀ ਨਹੀਂ ਹੋ ਰਿਹਾ ਵਾਪਸ ਕਿਉਂ ਨਹੀਂ ਜਾ ਰਹਾ ਕਿਉਂਕਿ ਅਗਲਾ ਜਿਹੜਾ ਸੋਟਾ ਨਾ ਉਹ ਕਹਿੰਦੇ ਜੀ ਉਹਨਾਂ ਤੇ ਵੀ ਡਿੱਗ ਸਕਦਾ ਕਿਉਂਕਿ ਇਸੇ ਕਪਲੇ 'ਚ ਉਹਨਾਂ ਦੀ ਵੀ ਸ਼ਮੂਲੀਅਤ ਦੇ ਚਾਂਸਸ ਫੁੱਲ ਫੋਲ ਜਿਹੜੇ ਆ ਜੀ ਉਹ ਬਣੇ ਹੋਏ ਨੇ ਇਸ ਤਸਵੀਰ ਨਾਲ ਉਹ ਵੀ ਅਗਲੀ ਤਸਵੀਰ ਤੁਹਾਡੇ ਨਾਲ ਜਿਹੜੀ ਆਪਾਂ ਸਾਂਝੀ ਕਰਨੀ ਹੈ ਵੱਡੀ ਤਾਂ ਨਹੀਂ ਕਰ ਸਕਦੇ ਹੁਣ ਤੁਸੀਂ ਆਪਣੇ ਫੋਨਾਂ ਦੇ ਉੱਤੇ ਵੀਡੀਓ ਜ਼ੂਮ ਕਰਕੇ ਦੇਖ ਲਿਓ ਤੇ ਪਹਿਲਾਂ ਇਹਨਾਂ ਦੀਆਂ ਸ਼ਕਲਾਂ ਦੇਖਣੀਆਂ ਇੱਥੇ ਬੈਠਿਆਂ ਦੀਆਂ ਤੁਹਾਨੂੰ ਸ਼ਕਲਾਂ ਨਹੀਂ ਦੱਸ ਦੇਣਾ ਵੀ ਗੱਲ ਕਿੱਥੇ ਕੇ ਖੜੀ ਆ ਮੋਹਰੇ ਬੈਠਿਆਂ ਦੀ ਵੀ ਤਸਵੀਰ ਲੋਕਾਂ ਦੀ ਵੀ ਦਿਖਾ ਦੇਣੀ ਸੀ ਵੀ ਲੋਕ ਕਿੰਨੇ ਕੁ ਬੈਠੇ ਨੇ ਇਹ ਪ੍ਰੋਗਰਾਮ ਚੱਲਿਆ ਕਹਿੰਦੇ ਜੀ ਕੇਜਰੀਵਾਲ ਨੂੰ ਅਸ਼ੀਰਵਾਦ ਸਮੂਹਿਕ ਵਰਤ ਸਮੂਹਿਕ ਵਿਆਹ ਤੁਸੀਂ ਸੁਣੇ ਹੋਣੇ ਨੇ ਇਹ ਸਮੂਹਿਕ ਵਰਤ ਰੱਖਿਆ ਹੋਇਆ ਜੀ ਇਹਨਾਂ ਨੇ ਸਮੂਹਿਕ ਵਰਤ ਰੱਖਿਆ ਆ ਭਗਵੰਤ ਮਾਨ ਉਹਦੇ ਜਿੰਨੇ ਕ ਮੰਤਰੀ ਸੰਤਰੀ ਹੈਗੇ ਨੇ ਇਕੱਠੇ ਹੋ ਕੇ ਸਾਰੇ ਦੇ ਸਾਰੇ ਖਟਕੜ ਕਲਾਂ ਗਏ ਨੇ ਯਾਦ ਹੈ ਤੁਹਾਨੂੰ ਖਟਕੜ ਕਲਾਂ ਕੀ ਹੈ ਭਗਤ ਸਿੰਘ ਦਾ ਜੱਦੀ ਪਿੰਡ ਹੈ ਇੱਥੇ ਹੀ ਖੜ ਖੜ ਕੇ ਸੋਹਾ ਖਾਂਦੇ ਸੀ ਕਿੱਥੇ ਗਈਆਂ ਉਹ ਸੋਹਾ ਕਿਉਂ ਨਹੀਂ ਖੜਕੜਕਲਾ ਵਾਲਿਆਂ ਨੇ ਪੁੱਛਿਆ ਇਹਨਾਂ ਨੂੰ ਨਿਕਲ ਕੇ ਭਾਈ ਤੁਸੀਂ ਇੱਥੇ ਪ੍ਰੋਗਰਾਮ ਕਰਨ ਲੱਗੇ ਹੋ ਤੁਸੀਂ ਤਾਂ ਕਿਹਾ ਸੀ ਨੌਕਰੀਆਂ ਦੇਣੀਆਂ ਤੁਸੀਂ ਡਾਂਗਾ ਦਿੱਤੀਆਂ ਨੇ ਲੋਕਾਂ ਨੂੰ ਤੁਸੀਂ ਕਿਸਾਨਾਂ ਦੇ ਝੱਗੇ ਪਾੜੇ ਪੱਗਾਂ ਲਾਈਆਂ ਚੁੰਨੀਆਂ ਖਿੱਚੀਆਂ ਔਰਤਾਂ ਦੀਆਂ ਕੁੱਟ-ਕੁੱਟ ਕੇ ਠਾਣਿਆਂ 'ਚ ਖੜ ਕੇ ਪੁਲਿਸ ਪਤਾ ਕੀ ਕਹਿੰਦੀ ਮਾਸਟਰਾਂ ਨੂੰ ਜਿਹੜੇ ਮਾਸਟਰ ਨੌਕਰੀ ਮੰਗਣ ਜਾਂਦੇ ਨੇ ਕਹਿੰਦੇ ਗੈਂਗਸਟਰ ਬਣਨਗੇ ਗੈਂਗਸਟਰ ਇਹ ਵਿੱਕੀ ਗਾਉਂਡਰ ਬਣਨਗੇ ਕਹਿੰਦੇ ਜੀ ਇੱਕ ਨੂੰ ਕਹਿੰਦੇ ਤੂੰ ਭੁੱਲਰ ਬਣੇਗਾ ਨਾ ਭੁੱਲਰ ਦਾ ਅਨਕਾਊਂਟਰ ਅਸੀਂ ਕਲਕੱਤੇ ਕਰਤਾ ਸੀ ਮਾਸਟਰ ਧਰਨਾ ਲਾ ਰਹੇ ਨੇ ਉਹਨਾਂ ਨੂੰ ਪੁਲਿਸ ਚੱਕ ਲੈਂਦੀ ਐ ਤੇ ਥਾਣੇ ਲਿਜਾ ਕੇ ਉਹਨਾਂ ਨੂੰ ਇਹ ਕਹਿੰਦੀ ਇਹ ਕਹਿੰਦੇ ਗੈਂਗਸਟਰ ਬਣਗੇ ਕਹਿੰਦੇ 70 ਗੈਂਗਸਟਰਾਂ ਦਾ ਅਨਕਾਊਂਟਰ ਕਰ ਦਿੱਤਾ ਇੰਦਾ ਹੀ ਤੁਹਾਡੇ ਵੀ ਨੰਬਰ ਲਾ ਦਿਆਂਗੇ ਚਲ ਜੋ ਚੱਕ ਆਪਣੇ ਟਿੰਡ ਫੌੜੀ ਉਹ ਨੌਕਰੀ ਮੰਗਣ ਦੇ ਤੇ ਉਹਨਾਂ ਨੂੰ ਗੈਂਗਸਟਰ ਬਣਾ ਰਹੇ ਨੇ ਵੀ ਤੁਸੀਂ ਗੈਂਗਸਟਰ ਬਣੋ ਤਾਂ ਤੁਹਾਡਾ ਅਨਕਾਊਂਟਰ ਕਰਾਂਗੇ ਤਾਂ ਸਾਡੇ ਲੱਗਦੀਆਂ ਫੀਤੀਆਂ ਉਹ ਚੋਪਾ ਕਰ ਸਿੰਗਾ ਲਿਆ ਨੂੰ ਇਹਨਾਂ ਨੂੰ ਬਸ ਅਰੇ ਤਾਤ ਨੇ ਜਿੰਨੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਜੀ ਅੱਜ ਸਮੂਹਿਕ ਵਰਤ ਜਿਹੜਾ ਹੈਗਾ ਨਾ ਇਹ ਲੰਡਨ 'ਚ ਵੀ ਰੱਖਿਆ ਪਹਿਲਾਂ ਤਾਂ ਲੰਡਨ ਵਾਲੇ ਫੜੋ ਕਿਹੜੇ ਆ ਜੀ ਮੈਂ ਆਪਾਂ ਯੂਕੇ 'ਚ ਆਂ ਜੀ ਪੋਲਿਟਿਕਸ ਪੰਜਾਬ ਵਾਲੇ ਆਪਾਂ ਇੰਟਰਵਿਊ ਕਰਾਂਗੇ ਉਹਨਾਂ ਦੇ ਪਹਿਲਾਂ ਤਾਂ ਉਹ ਬੰਦੇ ਲੱਭੀਏ ਵੀ ਇਹਨਾਂ ਦੇ ਕਿਹੜੇ ਇੱਥੇ ਜਿਹੜੇ ਵਰਤ ਰੱਖਦੇ ਪਏ ਨੇ ਆਮ ਆਦਮੀ ਪਾਰਟੀ ਦਾ ਵਰਤ ਕਿਉਂਕਿ ਯੂਕੇ ਦੀ ਸੰਗਤ ਦੇ ਨਾਲ ਤਾਂ ਸਿੱਧੀ ਸਿੱਧੀ ਠੱਗੀ ਵੱਜੀ ਐ ਯੂਕੇ ਵਾਲਿਓ ਤੁਹਾਡਾ ਕਾਨੂੰਨੀ ਰਾਈਟ ਬਣਦਾ ਇਹਨਾਂ ਨੂੰ ਪੁੱਛਣ ਦਾ ਵੀ ਸਾਡੇ ਕੋਲ ਫੰਡ ਲਿਆ ਆ ਤੁਸੀਂ ਵੋਟਾਂ ਦੇ ਨਾਂ ਦੇ ਤੇ ਫੰਡ ਇਕੱਠਾ ਕਰਕੇ ਰੇ ਨੇ ਦੂਸਰੇ ਨੰਬਰ ਤੇ ਕਹਿੰਦੇ ਜੀ ਨਿਊਯਾਰਕ ਨਿਊਯਾਰਕ ਕਲੱਬ ਲੈਣੇ ਆ ਜੀ ਟਾਈਮ ਸਕੁਅਰ ਦੇ ਉੱਤੇ ਇਹਨਾਂ ਦੀਆਂ ਤਸਵੀਰਾਂ ਲੱਭੋ ਕਿਹੜਾ ਕਿਹੜਾ ਵਰਤ ਰੱਖਣ ਗਿਆ ਸਾਨੂੰ ਨਹੀਂ ਕੋਈ ਲੱਭਿਆ ਉੱਥੇ ਵਰਦ-ਵੁਰਦ ਰੱਖਣ ਵਾਲਾ ਟਾਈਮ ਸਕੁਅਰ ਉੱਤੇ ਆਮ ਆਦਮੀ ਪਾਰਟੀ ਵਾਲੇ ਵਾਸ਼ਿੰਗਟਨ ਡੀਸੀ ਵਾਸ਼ਿੰਗਟਨ ਡੀਸੀ 'ਚ ਦਾ ਪ੍ਰੇਡ ਚੱਲਦੀ ਪਈ ਐ ਖਾਲਸਤਾਨੀ ਝੰਡਿਆਂ ਦੇ ਨਾਲ ਪਰੇਡ ਨਿਕਲਦੀ ਪਈ ਹੈ ਅਸੀਂ ਲੱਭਦੇ ਹਾਂ ਜੀ ਉੱਥੇ ਕਿਹੜਾ ਹੈ ਜਿਹੜਾ ਕਹਿੰਦਾ ਮੈਂ ਆ ਆਦਮੀ ਪਾਰਟੀ ਦਾ ਝਾੜੂ ਬੰਨਿਆ ਹੋਇਆ ਆਪਣੇ ਪਿੱਛੇ ਆਪਾਂ ਤਾਂ ਲੈਣੀ ਇੰਟਰਵਿਊ ਫੇ ਕਹਿੰਦਾ ਹਾਲੀਵੁੱਡ ਵੀ ਸਾਡੇ ਨਾਲ ਹੈ ਹਾਲੀਵੁੱਡ ਜੀ ਵੀ ਕਹਿੰਦੇ ਜੀ ਅਸੀਂ ਜਿਹੜਾ ਉਹ ਮਰਨ ਵਰਤ ਰੱਖਿਆ ਹੋਇਆ ਵੀ ਗੱਲ ਕਰਨੀ ਹੈ ਕੋਈ ਹਾਸੋ ਹੀਣੀ ਕੋਈ ਤੱਥਾਂ ਦੇ ਨਾਲ ਇੱਥੇ ਬੜੇ ਬੜੇ ਕਵਿਤਾਵਾਂ ਸੁਣਾਉਣ ਵਾਲੇ ਬੜੇ ਬੜੇ ਇੱਥੇ ਕਾਲਿੰਗ ਸੈਂਟਰ ਲਾਉਣ ਵਾਲੇ ਬੰਦੇ ਤੁਰੇ ਫਿਰਦੇ ਸੀ ਅੱਜ ਦਿਖਾਈ ਕਿਉਂ ਨਹੀਂ ਦਿੰਦੇ ਕਿ ਕਾਜ ਗੱਲ ਦੁਨੀਆ ਦੇ ਸਾਹਮਣੇ ਆ ਚੁੱਕੀ ਹੈ ਜਲੰਧਰ ਤੋਂ ਹੁਣੇ-ਹੁਣੇ ਜਿਹੜਾ ਇਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਇੱਕ ਅੰਗਰਾਲ ਉਹ ਭਾਜਪਾ 'ਚ ਸ਼ਾਮਲ ਹੋਏ ਨੇ ਇਹ ਉਹੀ ਅੰਗਰਾਲ ਹੈ ਜਿਹੜਾ ਕਹਿੰਦਾ ਸੀ ਮਿਸ਼ਨ ਲੋਟਸ ਦੇ ਵਿੱਚ ਮੈਨੂੰ ਜੀ ਪੈਸੇ ਦੇ ਕੇ ਭਾਜਪਾ ਚੱਕ ਕੇ ਲੈ ਚੱਲੀ ਸੀ ਅੱਜ ਉਸੇ ਬੀਸੀਪੀ 'ਚ ਸ਼ਾਮਲ ਹੈ ਤੇ ਕਹਿੰਦਾ ਮੇਰੇ ਕੋਲ ਝੂਠ ਬਲਵਾਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਰਾਗਵ ਚੱਡੇ ਦਾ ਸਿੱਧਾ ਨਾਮ ਲੈ ਰਿਹਾ ਕਿ ਜੀ ਰਾਗਵ ਚੱਡੇ ਦੇ ਕਹਿਣ ਦੇ ਉੱਤੇ ਮੈਂ ਇਹ ਝੂਠ ਲੋਕਾਂ ਦੇ ਵਿੱਚ ਪ੍ਰਚਾਰਿਆ ਸੀ ਬਾਕੀ ਇਹ ਜਿਹੜਾ ਮਿਸ਼ਨ ਲੋਟਸ ਹੈ ਸੱਚਾ ਹੀ ਹੈ ਇਹਦੇ ਵਿੱਚ ਕੋਈ ਨਹੀਂ ਹੈਗਾ ਵੀ ਮਿਸ਼ਨ ਲੋਟਸ ਝੂਠਾ ਹੈ ਤੁਸੀਂ ਦੇਖੋ ਅਮਰਿੰਦਰ ਸਿੰਘ ਚਲ ਗਿਆ ਜਖੜ ਚਲ ਗਿਆ ਆਯਾਲੀ ਚਲ ਗਿਆ ਪਤਾ ਨਹੀਂ ਕਿਹੜੇ ਕਿਹੜੇ ਪਤਾ ਨਹੀਂ ਮਨਪ੍ਰੀਤ ਬਾਦਲ ਸਭ ਜੋ ਲਟਰਮ ਪਟਰਮ ਕਾਂਗਰਸ ਅਕਾਲੀ ਇਕੱਠੇ-ਕੁੱਠੇ ਕਰਕੇ ਉਹ ਲੈ ਗਏ ਨੇ ਰਵਨੀਤ ਬਿੱਟੂ ਕਾਂਗਰਸੀ ਉਹ ਵੀ ਚਲਗਾ ਉਹ ਵੀ ਖਾਲਸਤਾਨੀਆਂ ਦੇ ਖਾਲਸਤਾਨੀ ਇੰਦਾ ਖਾਲਸਤਾਨੀ ਕਾ ਛੋੜेंगे ਨਹੀਂ ਖਾਲਸਤਾਨੀ ਫਲਾਣਾ ਕਰ ਦੇਗੇ ਹੁਣ ਕਹਿੰਦੇ ਜੀ ਮੋਦੀ ਹੀ ਤੁਹਾਨੂੰ ਕਿਸਾਨਾਂ ਨੂੰ ਸਿੱਧਾ ਵੜੂਗਾ ਉੱਥੇ ਅੰਦਰ ਵੜੂਗਾ ਜੱਫੀਆਂ ਪਾਊਗਾ ਇਹੀ ਰਵਨੀਤ ਬਿੱਟੂ ਸੀ ਜਿਹੜਾ ਕੱਪੜੇ ਪੜਵਾਉਂਦਾ ਹੁੰਦਾ ਸੀ ਜੇ ਪਾੜ ਗਈ ਕਦੀ ਉੱਥੇ ਪੁਲਿਸ ਆ ਚੱਕ ਕੇ ਲੈ ਗਿਆ ਮੋਦੀ ਨੇ ਕਿਸਾਨਾਂ ਨੂੰ ਮਾਰ ਦਿੱਤਾ ਕਿਸਾਨ ਹੁਣ ਕਿਸਾਨਾਂ ਨੂੰ ਕਹਿੰਦਾ ਸਿੱਧਾ ਘਰੇ ਲੈ ਕੇ ਜਾਇਆ ਕਰੂੰਗੇ ਇਹ ਲੋਕਾਂ ਨੇ ਦੇਖਣਾ ਵੇ ਸਾਰੀ ਜ਼ਿੰਦਗੀ ਮੋਦੀ ਹੁਣਾਂ ਦੇ ਖਿਲਾਫ ਬੋਲਣ ਵਾਲਿਆ ਜੀ ਮੋਦੀ ਹੁਣਾਂ ਦੀ ਚੋਰੀ 'ਚ ਬੈਠੇ ਨੇ ਬੈਠੇ ਕਿਉਂ ਨੇ ਸਭ ਨੂੰ ਪਤਾ ਹੈ ਈਡੀ ਬੜਮਾਉਂਦੀ ਹੈ ਤੇ ਈਡੀ ਝੂਠਾ ਨਹੀਂ ਬੁਲਵਾਉਂਦੀ ਹਾਂ ਸਜਾ ਭਾਵੇਂ ਨਾ ਉਹ ਵੀਡੀਓ ਦਾ ਡਰ ਪਤਾ ਕਿਉਂ ਹੈ ਜੇ ਸੱਚਾ ਹੋਵੇ ਤੇ ਈਡੀ ਨਹੀਂ ਕੁਝ ਕਰ ਸਕਦੀ ਪਰ ਜੇ ਹੋਵੇ ਝੂਠਾ ਤੇ ਈਡੀ ਵੀ ਸਭ ਕੁਝ ਕਰ ਸਕਦੀ ਹੈ ਤੇ ਫਿਰ ਈਡੀ ਤਾਂ ਫਿਰ ਜਿਹੜਾ ਇਧਰਲੀ ਪਾਰਟੀ 'ਚ ਦੂਸਰੀ ਪਾਰਟੀ 'ਚ ਸੋ ਇਹਨਾਂ ਦਾ ਜੀ ਸੰਜੇ ਸਿੰਘ ਆ 6 ਮਹੀਨਿਆਂ ਚੱਲੇ ਜਮਾਨਤ ਉਹਦੇ ਲਈ ਇਹਨਾਂ ਨੇ ਕਦੀ ਵਰਤ ਨਹੀਂ ਰੱਖਿਆ ਮਨੀਸ਼ ਸ਼ਿਸ਼ੋਧਿਆ ਸਤੰਦਰ ਜੈਨ ਉਹਨਾਂ ਦੇ ਲਈ ਕਦੀ ਇਹਨਾਂ ਨੇ ਵਰਤ ਨਹੀਂ ਰੱਖਿਆ ਵਰਤ ਤੋਂ ਪਤਾ ਜਿਗਰ ਬੱਤ ਕਿਉਂ ਮੈਂ ਵਰਤ ਦੇ ਉੱਤੇ ਲੈ ਕੇ ਆਇਆ ਤੁਹਾਨੂੰ ਯਾਦ ਹੋਣਾ ਹੈ ਕਿ ਜੇਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਿੱਖ ਕੈਦੀਆਂ ਦੇ ਪਰਿਵਾਰਾਂ ਨੇ ਸਾਡੀਆਂ ਮਾਵਾ ਨੇ ਵਰਤ ਰੱਖਿਆ ਸੀ ਕਹਿੰਦੇ ਜੀ ਰੱਬ ਦੀ लाਠੀ ਦੀ ਛੱਟ ਬੜੀ ਹੁੰਦੀ ਹੈ ਪਰ ਆਵਾਜ਼ ਨਹੀਂ ਹੁੰਦੀ ਅੱਜ ਜੇ ਤੁਸੀਂ ਵੇਖ ਲਿਆ ਕਿ ਮਾਰਨ ਵਰਤ ਤਾਂ ਉਹਨਾਂ ਨੇ ਵੀ ਰੱਖਿਆ ਸੀ ਤੇ ਪੰਥ ਅੰਦਰੋਂ ਰੋਂਦਾ ਸੀ ਤੇ ਅੱਜ ਕੇਜਰੀਵਾਲ ਹੀ ਵਰਤ ਰੱਖਣ ਵਾਲੇ ਲੋਕ ਹੱਸਦੇ ਨੇ ਕੋਈ ਨਹੀਂ ਉੱਥੇ ਰੋਂਦਾ ਉਹ ਕਹਿੰਦੇ ਸ਼ਾਮ ਨੂੰ ਜੇ ਖਾ ਜਾ ਕੇ ਇਹਨਾਂ ਨੇ ਬੱਕਰੀ ਜਿੰਦਾ ਵੀ ਉਹ ਚਟਕਾਉਣੇ ਨੇ ਖਾਣੇ ਨਹੀਂ ਇਹਨਾਂ ਨੇ ਖਾਣੇ ਮੁਰਗੇ ਇਹਨਾਂ ਨੇ ਕੋਈ ਵਰਤ-ਵੁਰਤ ਨਹੀਂ ਰੱਖਿਆ ਭਲੇਖੇ ਚ ਨਾ ਰਹਿ ਜਾਓ ਡਰਾਮੇਬਾਜ਼ ਨੇ ਇਸ ਵਰਤ ਦੇ ਉੱਤੇ ਕੋਈ ਵੀ ਜਿਹੜਾ ਉਹ ਇਹਨਾਂ ਦਾ ਸਾਥ ਦੇਣ ਦੇ ਲਈ ਤਿਆਰ ਨਹੀਂ ਆ ਤੇ ਕੋਈ ਵੀ ਖੁਸ਼ ਵੀ ਨਹੀਂ ਆ ਉਹ ਕਹਿੰਦੇ ਜੀ ਸਾਡਾ ਅਸਰ ਹੀ ਕੋਈ ਨਹੀਂ ਇਸ ਵਰਤ ਦਾ ਪਰ ਜਦੋਂ ਇਹੀ ਵਰਤ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦੇ ਲਈ ਸਾਡੀਆਂ ਮਾਵਾਂ ਨੇ ਅਮਰੋਸਰ ਦੇ ਵਿੱਚ ਰੱਖਿਆ ਸੀ ਤੇ ਇਹ ਮਜ਼ਾਕ ਢਾਉਂਦੇ ਸੀ ਰੱਬ ਦੀ लाठी ਦੀ ਆਵਾਜ਼ ਨਹੀਂ ਹੁੰਦੀ ਪਰ ਸੱਟ ਬੜੀ ਬੁਰੀ ਹੁੰਦੀ ਇਹਦੇ ਸਮਾਂ ਕਹਿੰਦੇ ਜੀ ਦਿਖਾਤਾ ਥੋੜੇ ਦਿਨਾਂ ਜੀ ਉਹ ਕਹਿੰਦੇ ਜੀ ਉਹ ਦਿਖਾ ਦਿੰਦਾ ਉਸ ਲੋਕਾਂ ਨੂੰ ਵੀ ਕੀ ਹਾਲਾਤ ਅੱਜ ਕੇਜਰੀਵਾਲ ਦੇ ਜਿਹੜੇ ਹੱਸਦਾ ਸੀ ਜਿਹੜੇ ਕਹਿੰਦਾ ਸੀ ਆਪ ਵੱਡੇ ਵੱਡੇ ਅਸੀਂ ਗੈਂਗਸਟਰ ਫੜ ਲਏ ਨੇ ਐਨਐਸਏ ਲਾ ਦਿਓ ਇਹਨਾਂ ਦੇ ਉੱਤੇ ਤੇ ਨੰਬਰ ਪੰਜਾਬ ਵਾਲਿਆਂ ਦਾ ਵੀ ਆਉਣ ਵਾਲਾ ਚੇਤੇ ਰੱਖਿਓ ਨੋਟ ਕਰ ਲਓ ਅੱਜ ਪੋਲਿਟਿਕਸ ਪੰਜਾਬ ਤੇ ਨੰਬਰ ਆਇਆ ਲਓ ਜੀ ਇਹਨਾਂ ਦਾ ਇਹ ਭਾਜੀਪੀ ਚ ਜਾਣਗੇ ਸਾਰੇ ਦੇ ਸਾਰੇ ਇਹੀ ਇੱਕ ਮੈਂ ਤੁਹਾਨੂੰ ਹੋਰ ਗੱਲਬਾਤ ਦੱਸ ਦੇਣਾ ਚਾਹੁੰਨਾ ਇਹੀ ਪਗਵੰਤ ਮਾਨ ਕੇਜਰੀਵਾਲ ਦੇ ਉੱਤੇ ਰੋਂਡਿਆ ਤੇ ਸਿੱਖ ਕੈਦੀਆਂ ਨੂੰ ਪੰਜਾਬ ਚ ਲਿਆਉਣ ਦੀ ਬਜਾਏ ਉਹਨਾਂ ਨੂੰ ਕਹਿੰਦਾ ਜੀ ਇਹਨਾਂ ਦੇ ਉੱਤੇ ਤਿੰਨ ਤਿੰਨ ਮਹੀਨੇ ਦੀ ਸਾਲ ਦੀ ਐਨਐਸਐਸ ਵਧਾ ਦਿਓ ਪੰਜਾਬ ਤੋਂ ਬਾਹਰ ਹੀ ਰਹਿਣ ਹੁਣ ਲੋਕੋ ਤੁਸੀਂ ਭਗਵੰਤ ਮਾਨ ਨੂੰ ਇਮਾਨਦਾਰ ਕਹਿ ਕੇ ਵੋਟਾ ਪਾ ਲਓ ਤੁਸੀਂ ਬੀਜੇਪੀ ਵਾਲੇ ਕੈਪਟਨ ਅਮਰਿੰਦਰ ਨੂੰ ਪਾ ਲਓ ਬੀਜੇਪੀ ਵਾਲੇ ਜਾਖੜ ਨੂੰ ਪਾ ਲਓ ਕਾਂਗਰਸੀ ਮਨਪ੍ਰੀਤ ਬਾਦਲ ਨੂੰ ਪਾ ਲਓ ਜਾਂ ਮਨਪ੍ਰੀਤ ਬਾਦਲ ਪੀਪੀ ਵਾਲੇ ਨੂੰ ਪਾ ਲਓ ਜਾਂ ਤੁਸੀਂ ਆ ਜਿਹੜੇ ਹੁਣ ਰਿੰਕੂ ਹੁਣੀ ਕਹਿੰਨੇ ਬੀਜੇਪੀ ਚ ਬੀਜੇਪੀ ਵਾਲਿਆਂ ਨੂੰ ਪਾ ਲਿਓ ਜਾਂ ਆਮ ਆਦਮੀ ਪਾਰਟੀ ਰਿੰਕੂ ਨੂੰ ਪਾ ਲਿਓ ਸਮਝਦੇ ਪਿਓ ਨਾ ਨਾਵਾਂ ਨੂੰ ਬਿਕਦੀਓ ਆਮ ਆਦਮੀ ਪਾਰਟੀ ਚ ਹੈ ਕਦੀਓ ਕਾਂਗਰਸ ਚ ਹੈ ਉੱਥੇ ਦੁੱਧ ਤੋਤੇ ਨੇ ਤੇ ਤੁਸੀਂ ਹੁਣ ਕਾਂਗਰਸੀ ਨੂੰ ਪਾਉਣੀ ਹੈ ਅਕਾਲੀ ਨੂੰ ਪਾਉਣੀ ਹੈ ਤੁਸੀਂ ਸੇਮ ਬੰਦੇ ਹੋਈ ਹੈ ਕੈਪਟਨ ਮਨਿੰਦਰ ਸਿੰਘ ਦਾ ਨਾਮ ਹੈ ਕਿ ਤੁਹਾਨੂੰ ਸਮਝਾਉਣਾ 84 ਜੋ ਕਹਿੰਦਾ ਜੀ ਮੈਂ ਕਾਂਗਰਸ ਛੱਡ ਦਿੱਤੀ ਪਹਿਲਾਂ ਕਾਂਗਰਸ ਦੀਆਂ ਜੁੱਤੀਆਂ ਛੱਡਦਾ ਪਹਿਲਾਂ ਤੁਸੀਂ ਕਾਂਗਰਸ ਦੇ ਨਾਂ ਤੇ ਉਹਨੂੰ ਵੋਟਾ ਪਾਉਨੇ ਫਿਰ ਅਕਾਲੀ ਦਲ ਦੇ ਨਾਂ ਦੇ ਉੱਤੇ ਵੋਟਾ ਪਾਉਨੇ ਫਿਰ ਆਪਣੀ ਪਾਰਟੀ ਬਣਾ ਕੇ ਉੱਤੇ ਉੱਤੇ ਉਹਨੂੰ ਵੋਟਾ ਪਾਉਨੇ ਹੋ ਫਿਰ ਉਹਨੂੰ ਕਾਂਗਰਸ ਦੇ ਨਾਂ ਦੇ ਉੱਤੇ ਪਾਉਨੇ ਹੋ ਅੱਜ ਭਾਜੀਪੀ ਦੇ ਨਾਂ ਦੇ ਉੱਤੇ ਉਹਨੂੰ ਵੋਟਾ ਪਾਉਗੇ ਫਿਰ ਉਹ ਤਾਂ ਤੁਹਾਡੇ ਤੇ ਹੱਸੂਗੇ ਲੋਕਾਂ ਦੇ ਉੱਤੇ ਵੀ ਇਹ ਇੰਨੇ ਭੋਲੇ ਇਹਨਾਂ ਨੂੰ ਇਹ ਹੀ ਨਹੀਂ ਸਮਝ ਆਉਂਦੀ ਇੱਕ ਮੈਂ ਹੋਰ ਕੇਸ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਇੱਥੇ ਨਾਲ ਹੀ ਇਹਦੇ ਨਾਲ ਦਾ ਹੀ ਕੇਸ ਸਮਝਣ ਦੇ ਲਈ ਤੁਹਾਡੇ ਉਹ ਇਹ ਕੇਸ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਹੀ ਜੁੜਦਾ ਹੈ ਲਾ ਦਿਓ ਜੀ 9 ਨੰਬਰ ਖਬਰ ਲਾ ਦਿਓ ਸੋਸ਼ਲ ਮੀਡੀਆ ਤੇ ਇੱਕ ਖਬਰ ਜਿਹੜੀ ਚਰਚਾ ਚ ਬਣੀ ਹੋਈ ਹੈ ਵੀ ਸੌਦਾ ਸਾਦ 9 ਮਹੀਨੇ ਪਗੋੜਾ ਰਹਿਣ ਤੋਂ ਬਾਅਦ ਜਿਨੇ ਦੱਸਿਆ ਕਿ ਹਣੀ ਪ੍ਰੀਤ ਨਹੀਂ ਸਾਰਾ ਇਹ ਕੇਸ ਜਿਹੜਾ ਬਣਾਇਆ ਸੀ ਮੁੱਖ ਮਲਜ਼ਮ ਕਲੀਅਰ ਨੂੰ ਜ਼ਮਾਨਤ ਵੀ ਮਿਲ ਗਈ ਲਓ ਜੀ 9 ਮਹੀਨੇ ਭੱਜਾਰਿਆ ਬੀਜੇਪੀ ਦੇ ਲੀਡਰਾਂ ਦੇ ਨਾਲ ਯੂਪੀ ਚੇ ਦੀਆਂ ਤਸਵੀਰਾਂ ਫੋਟੋਆਂ ਉੱਥੇ ਰਾਮ ਮੰਦਰ ਦਾ ਉਦਘਾਟਨ ਕਰਾ ਰਿਹਾ ਉੱਥੋਂ ਫੜਿਆ ਗਿਆ ਨਾ ਫੋਟੋ ਤੋਂ ਵੀ ਇਹ ਤਾਂ ਉਹ ਬੰਦਾ ਹੈ ਜਿਹੜਾ ਬੇਦਵੀ ਦੇ ਮਾਮਲੇ 'ਚ ਲੜੀਂਦਾ ਹੈ ਬੀਜੇਪੀ ਦੇ ਨਾਲ ਤੁਰੇ ਫਿਰਦਾ ਰਾਮ ਮੰਦਰ ਬਣਾ ਰਿਹਾ ਫੜਿਆ ਗਿਆ ਤੇ ਅਗਲੇ ਨੇ 2 ਮਹੀਨੇ ਚ ਜਮਾਨਤ ਵੀ ਕਰ ਦਿੱਤੀ ਇਹ ਆ ਸਿੱਖਾਂ ਦੇ ਹਾਲਾਤ ਸਿੱਖ ਕੌਮ ਦੇ ਹਾਲਾਤ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਰਨ ਵਾਲਿਆਂ ਨੂੰ ਜਮਾਨਤਾਂ ਛੱਟ ਤੇ ਤੁਹਾਡੇ 25-25 ਸਾਲਾਂ ਤੋਂ ਪ੍ਰੈਕਟੀਕਲ ਪ੍ਰिजनਰ ਜਿਨ੍ਹਾਂ ਦਾ ਕੇਸ ਵੀ ਨਹੀਂ ਬਣਿਆ ਜੇ 15 ਕੇਸ ਪਾਏ ਤੇ 13 ਰੱਦ ਹੋ ਗਏ ਵਿੱਚੋਂ ਤੇ ਦੋ ਚੱਲਣ ਦੇ ਨੇ ਤੇ ਫਿਰ ਵੀ ਉਹਨਾਂ ਨੂੰ ਜ਼ਮਾਨਤ ਨਹੀਂ ਕਿਸੇ ਤੇ 26-26 ਕੇਸ ਬਣਾਏ 26ਆਂ ਚੋਂ ਕਹਿੰਦੇ 21 ਕੇਸ ਰੱਦ ਹੋ ਗਏ ਤੇ ਚਾਰ ਚੱਲਣ ਦੇ ਆ ਜੀ ਫਿਰ ਵੀ ਜ਼ਮਾਨਤ ਨਹੀਂ ਇੱਥੇ ਸਾਫ਼ ਕੇਸ ਹੈ ਤੇ 9 ਸਾਲ ਭਗੌੜਾ ਤੇ ਉਹਨੂੰ ਫਿਰ ਵੀ ਜ਼ਮਾਨਤ ਨਹੀਂ ਇਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਹਿੱਸਾ ਹੈ ਆਮ ਆਦਮੀ ਪਾਰਟੀ ਦਾ ਇਹ ਹਿੱਸਾ ਹੈ ਕਿ ਜਿਹੜਾ ਵਕੀਲ ਹੈ ਨਾ ਇਸ ਸਮੇਂ ਪੰਜਾਬ ਦਾ ਅਟਾਰਨੀ ਜਰਨਲ ਬਣਾਇਆ ਗਿਆ ਹੈ ਆ ਵਕੀਲ ਜਿਹੜਾ ਪੰਜਾਬ ਸਰਕਾਰ ਦਾ ਵਕੀਲ ਹੈ ਉਹ ਵਕੀਲ ਹੈ ਜਿਹੜਾ ਸੌਦਾ ਸਾਧ ਦਾ ਵੀ ਅਟਾਰਨੀ ਜਰਨਲ ਹੈ ਇੱਕ ਸਾਡਾ ਅਟਾਰਨੀ ਜਰਨਲ ਤੋਂ ਬਾਅਦ ਕਿ ਜਿਹੜਾ ਕੇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ 'ਚ ਸੌਦਾ ਸਾਧ ਦੇ ਉੱਤੇ ਚੱਲਦਾ ਹੈ ਤੇ ਜਿਹੜਾ ਵਕੀਲ ਉਹ ਕੇਸ ਸੌਦਾ ਸਾਧ ਵੱਲੋਂ ਉਸ ਬਲਾਤਕਾਰੀ ਕਾਤਲ ਰਾਮ ਰਹੀਮ ਵੱਲੋਂ ਲੜਦਾ ਪਿਆ ਉਹੀ ਪੰਜਾਬ ਸਰਕਾਰ ਦਾ ਅਟਾਰਨੀ ਜਰਨਲ ਹੈ ਤੇ ਤੁਸੀਂ ਕੀ ਕੇਸ ਜਿੱਤ ਲੋਗੇ ਇੱਕ ਬੰਨੇ ਉਹ ਪੰਜਾਬ ਸਰਕਾਰ ਵੱਲੋਂ ਦਲੀਲ ਪੇਸ਼ ਕਰੂਗਾ ਨਹੀਂ ਨਹੀਂ ਜੀ ਸੌਦਾ ਸਾਧ ਨੂੰ ਜ਼ਮਾਨਤ ਨਾ ਦਿਓ ਤੇ ਦੂਸਰੇ ਬੰਨੇ ਸੌਦਾ ਸਾਧ ਆਲੂ ਕਿਉਂ ਨਹੀਂ ਜ਼ਮਾਨਤ ਮਿਲਣੀ ਚਾਹੀਦੀ ਇਹਦਾ ਐਫੀ ਡੈਵਿਡ ਹੀ ਨਹੀਂ ਫਾਈਲ ਕੀਤੇ ਇਹਨਾਂ ਨੇ ਇਸ ਕਰਕੇ ਜ਼ਮਾਨਤ ਦੇ ਦਿਓ ਸੌਦਾ ਸਾਧ ਨੂੰ ਵਿਅਦਬੀ ਦੇ ਮਾਮਲਿਆਂ 'ਚ ਅੱਧੇ ਘੰਟੇ ਚ ਦੋਨਾਂ ਕੇਸਾਂ ਚ ਜਮਾਨਤਾ ਦੇ ਦਿੱਤੀਆਂ ਅਸੀਂ ਆਮ ਆਦਮੀ ਪਾਰਟੀ ਨੇ ਵਕੀਲ ਹੀ ਨਹੀਂ ਭੇਜਿਆ ਭਗਵੰਤ ਮਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਚ ਵਕੀਲ ਹੀ ਨਹੀਂ ਭੇਜਿਆ ਤੇ ਜਮਾਨਤਾ ਹੋ ਗਈਆਂ ਉਹਦੀਆਂ ਤਾਂ ਫਰਲੋ ਦੇ ਉੱਤੇ ਬਾਹਰ ਆਉਂਦਾ ਹੈ ਸਭ ਨੂੰ ਪਤਾ ਹੈ ਕਿ 8 8 ਜਿਹੜੀਆਂ ਉਹ ਛੁੱਟੀਆਂ ਕੱਟ ਚੁੱਕਾ ਮਹੀਨੇ-ਮਹੀਨੇ ਦੀਆਂ ਨਾਲ ਦੀ ਨਾਲ ਇੱਕ ਹੋਰ ਗੱਲ ਦਾ ਮੈਂ ਜ਼ਰੂਰ ਜ਼ਿਕਰ ਕਰ ਲੈਣਾ ਚਾਹੁੰਦਾ ਇਹਦੀ ਆਮ ਆਦਮੀ ਪਾਰਟੀ ਦਾ ਕੇ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਸਕੂਲ ਖੋਲਿਆ ਸੀ ਉਹਨੂੰ ਕਹਿੰਦੇ ਆ ਜੀ ਸਕੂਲ ਆਫ ਐਮਨੈਂਸ ਉਹਦਾ ਉਦਘਾਟਨ ਕੀਤਾ ਸੀ ਇਹ ਤਾਂ ਮੈਂ ਨਹੀਂ ਪੁੱਛ ਰਿਹਾ ਇਹ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਐਮਐਲਏ ਪੁੱਛਣ ਡਿਆ ਉਹ ਕਹਿੰਦਾ ਸਕੂਲ ਤਾਂ ਦਿਖਾ ਦਿਓ ਵੀ ਕਿਦੋਂ ਬਣਾਇਆ ਤੁਸੀਂ ਇਹ ਹੁਣ ਪੰਜਾਬ ਦੇ ਲੋਕਾਂ ਦਾ ਲੈਜਿਟਿਮੇਟ ਟੈਸਟ ਹੈ ਕਿ ਤੁਸੀਂ ਕਿੱਥੇ ਇੱਕ ਖੜੇ ਹੋ ਕੱਲ ਤੁਹਾਨੂੰ ਸੁਣਾਈ ਸੀ ਨਾ ਕਹਾਣੀ ਕਿ ਸ਼ਿਕਾਰੀ ਆਵੇਗਾ ਜਾਲ ਪਾਵੇਗਾ ਸਾਨੂੰ ਫੜ ਕੇ ਲੈ ਜਾਵੇਗਾ ਕਿਸੇ ਉੱਥੇ ਹੀ ਤਾਂ ਨਹੀਂ ਖੜੇ ਵੀ ਦਾਅਵੇ ਤੁਹਾਡੇ ਬੜੇ ਵੱਡੇ ਨੇ ਸਭ ਪਤਾ ਹੈ ਜੀ ਸਾਨੂੰ ਪੰਜਾਬ ਖਤਰੇ 'ਚ ਹੈ ਪੰਜਾਬ ਦੇ ਲੋਕ ਖਤਰੇ 'ਚ ਨੇ ਪੰਜਾਬ ਦੇ ਰਾਜਨੀਤਿਕ ਲੋਕ ਜਿਹੜੇ ਆ ਸਾਡੇ ਨਾਲ ਠੱਗੀਆਂ ਮਾਰਦੇ ਨੇ ਤੇ ਫਿਰ ਸ਼ਿਕਾਰੀ ਆਵੇਗਾ ਜਾਲ ਪਾਵੇਗਾ ਤੇ ਤੁਹਾਨੂੰ ਫੜ ਕੇ ਲੈ ਜਾਵੇਗਾ ਕਿ ਕਿਤੇ ਤੁਸੀਂ ਉੱਥੇ ਹੀ ਤਾਂ ਨਹੀਂ ਵੋਟਾਂ ਪਾ ਕੇ ਉੱਥੇ ਹੀ ਦੁਬਾਰਾ ਚੁਣੇ ਜਾਂਦੇ ਲੋਕਾਂ ਨੂੰ ਚੁਣੀ ਜਾ ਰਹੇ ਸੋ ਇਹ ਪੰਜਾਬ ਦੇ ਲੋਕਾਂ ਨੇ ਹੁਣ ਦੇਖਣਾ ਹੈ ਅੱਜ ਦੇ ਪ੍ਰੋਗਰਾਮ ਦੀ ਆਪਾਂ ਇੱਥੇ ਹੀ ਸਮਾਪਤੀ ਕਰਨੇ ਆ ਕੱਲ ਦੇ ਲਈ ਜਿਹੜੀਆਂ ਖਬਰਾਂ ਆ ਬਹੁਤ ਸਾਰੀਆਂ ਖਬਰਾਂ ਰਹਿ ਗਈਆਂ ਨੇ ਆਪਾਂ ਉਹਨਾਂ ਦੇ ਉੱਤੇ ਖੁੱਲ ਕੇ ਵਿਚਾਰਾ ਕਰਾਂਗੇ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਪ੍ਰੋਗਰਾਮ ਤੁਹਾਨੂੰ ਕਿੰਦਾ ਲੱਗਦਾ ਹੈ ਕਲੈਰਿਟੀ ਆਈ ਕਿ ਨਹੀਂ ਆਈ ਸਾਊਂਡ ਕਲੈਰਿਟੀ ਆਈ ਕਿ ਨਹੀਂ ਆਈ ਦੇਖਣ ਨੂੰ ਪਿਕਚਰੇਜਨ ਬੈਟਰ ਹੋਈ ਕਿ ਨਹੀਂ ਹੋਈ ਫੀਡਬੈਕ ਜ਼ਰੂਰ ਤੁਸੀਂ ਦੇਣੀ ਆ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਹੋਰ ਵੀ ਨਵੀਆਂ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਕਰਨ ਜਾ ਰਹੇ ਆ ਨਵੇਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਆ ਤੇ ਜਿਹਦੇ ਲਈ ਤੁਹਾਡੀ ਵੀ ਸਪੋਰਟ ਦੀ ਸਾਨੂੰ ਜ਼ਰੂਰਤ ਪੈਣੀ ਹੈ ਆਪਾਂ ਹੈਗੇ ਆ ਜੀ ਇਹ ਬਾਜ ਇਕੱਲਾ ਹੈ ਵਾਲੀ ਕਹਾਣੀ ਹੈ ਇਹਦੇ ਮਗਰ ਸ਼ਿਕਾਰੀ ਬਾਲੇ ਤੇ ਤੁਸੀਂ ਫਿਰ ਜਿਹੜਾ ਸਾਥ ਦੇਵੋਗੇ ਤੇ ਫਿਰ ਆਪਾਂ ਉਹਨਾਂ ਦੇ ਨਾਲ ਵੀ ਜਿਹੜਾ ਆਮਨ ਆ ਸਾਹਮਣਾ ਕਰ ਸਕਦੇ ਆ ਕਿਉਂਕਿ ਆਪਣੇ ਕੋਲ ਹਥਿਆਰ ਹੈ ਗਿਆਨ ਦਾ ਹਥਿਆਰ ਹੈ ਸਪੋਰਟ ਸੰਗਤ ਦੀ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਤਾਕਤ ਹੁੰਦੀ ਹੈ ਇਸੀ ਤਾਕਤ ਦੇ ਨਾਲ ਅਸੀਂ ਇਸ ਲੜਾਈ ਨੂੰ ਜਿਹੜਾ ਅੱਗੇ ਤੋਰਦੇ ਪਏ ਹਾਂ ਤੁਹਾਡੀ ਆਵਾਜ਼ ਨੂੰ ਦੁਨੀਆ ਦੇ ਮੰਚ ਦੇ ਉੱਤੇ ਜਿਹੜਾ ਉੱਲ ਜਾ ਰਿਹਾ ਸੋ ਸਪੋਰਟ ਵੀ ਕਰਨੀ ਹੈ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਮਸਲਾ ਤੁਹਾਡੇ ਦੇ ਉੱਤੇ ਛੱਡ ਕੇ ਜਾਂਦੇ ਹਾਂ ਕਿ ਤੁਸੀਂ ਵੋਟ ਕਿਸੇ ਨੂੰ ਵੀ ਪਾ ਲਓ ਆਮ ਆਦਮੀ ਪਾਰਟੀ ਝਾੜੂ ਨੂੰ ਪਾ ਲਓ ਭਾਜਪਾ ਨੂੰ ਪਾ ਲਓ ਕਾਂਗਰਸ ਨੂੰ ਪਾ ਲਓ ਫੁੱਲ ਨੂੰ ਪਾ ਲਓ ਕਿਸੇ ਨੂੰ ਪਾ ਲਓ ਬੰਦੇ ਉਹੀ ਨੇ 70 ਸਾਲਾਂ ਚ ਜੋ ਤੁਹਾਨੂੰ ਮਿਲਿਆ ਤੇ ਜਿਹੜੇ ਹੁਣ ਨਵੇਂ ਵਾਅਦੇ ਕਰਨਗੇ ਫਿਰ ਇਸੇ ਤਰ੍ਹਾਂ ਹੀ ਹੋਣੀ ਹੈ ਤੁਹਾਡੇ ਨਾਲ ਜਾਂ ਫਿਰ ਤੁਸੀਂ ਹੁਣ ਦੀਪ ਸਿੱਧੂ ਦੇ ਕਹਿ ਬੋਲ ਉਸ ਸ਼ਹੀਦ ਦੇ ਕਹਿ ਬੋਲ ਕਿ ਫੈਸਲਾ ਕਰੋ ਭਾਈ ਆਪਣਾ ਪੁੱਖ ਆਪ ਲਿਖਣਾ ਹੈ ਆਪਣੀ ਸੋਵਰਨਿਟੀ ਲੈਣੀ ਹੈ ਉਹਦੇ ਉੱਤੇ ਵੋਟ ਕਰਨੀ ਹੈ ਰੈਫਰੈਂਡਮ ਕਰਾਓ ਵੋਟ ਕਰਾਓ ਸਰਕਾਰ ਨੂੰ ਕਹੋ ਜੀ ਪ੍ਰੋਬਲਮ ਕੀ ਹੈ ਜੇ ਲੋਕ ਨਹੀਂ ਮੰਗਣਗੇ ਤਾਂ ਨਾਲੇ ਇਹ ਹਾਰ ਜਾਣਗੇ ਦੁਨੀਆ ਦੇ ਸਾਹਮਣੇ ਸਾਚ ਆ ਜਾਊ ਸੋ ਦੇਖਦੇ ਰਹੋ ਸਕਾਈ ਚੈਨਲ 774 ਦੇ ਉੱਤੇ ਪ੍ਰੋਗਰਾਮ ਰਣਜੀਤ ਨਗਾਰਾ ਬੇਗਰਮਜੀ ਸਿੰਘ ਦੇ ਨਾਲ ਬਲੌਨੀਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ